ਚੈਨਲ ਪੰਜਾਬੀ ਵੇਖਦੇ ਵੀਅਰਸ ਦਾ ਸਵਾਗਤ ਹੈ ਆਰ ਟਾਈਮ ਪ੍ਰੋਗਰਾਮ ਵਿੱਚ। ਮੈਂ ਹਾਂ ਤੁਹਾਡੀ ਆਪਣੀ ਸੁੱਖੀ ਅਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਕੋਈ ਨਾ ਕੋਈ ਖਾਸ ਗੈਸਟ ਪਹੁੰਚੇ ਹੋਏ ਹੁੰਦੇ ਨੇ, ਪਰ ਅੱਜ ਜਿਹੜੀ ਖਾਸੀਅਤ ਆ ਇਹਨਾਂ ਜੋੜੀ ਦੀ ਹੈਗੀ ਹੈ ਕਿ ਇਹ ਜਿਹੜਾ ਪੰਜਾਬੀ ਸੱਭਿਆਚਾਰ ਆ, ਪੰਜਾਬੀ ਮਾਂ ਬੋਲੀ ਨੂੰ ਹਮੇਸ਼ਾ ਆਪਣੇ ਨਾਲ ਜੋੜ ਕੇ ਰੱਖਦੇ ਆ, ਅਤੇ ਕੁਛ ਇਹੋ ਜਿਹੇ ਰਿਸ਼ਤੇ ਨਾਤੇ ਜੋ ਕਿ ਆਪਾਂ ਡਾਊਨ ਦਾ ਲਾਈਨ ਭੁੱਲ ਕੇ ਹੋਏ ਹਾਂ, ਇਹਨਾਂ ਨੇ ਵੀ ਉਹਨਾਂ ਨੂੰ ਜੋੜ ਕੇ ਰੱਖਿਆ ਹੋਇਆ। ਸੋ ਮੈਂ ਦੇਰ ਨਹੀਂ ਲਾਉਣੀ ਅਤੇ ਆਓ ਤੁਹਾਡਾ ਮੈਂ ਸਵਾਗਤ ਕਰਾਵਾਂ ਇਸ ਮਹਾਨ ਜੋੜੀ ਦੇ ਨਾਲ, ਆਤਮਾ ਸਿੰਘ ਬੁੱਧੇਵਾਲੀਆ ਐਂਡ ਅਮਨ ਰੋਜ਼ੀ। ਸਵਾਗਤ ਹੈ ਤੁਹਾਡਾ ਆਰ ਟਾਈਮ ਪ੍ਰੋਗਰਾਮ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਆਪਾਂ ਪਹਿਲਾਂ ਜਦੋਂ ਆਪਾਂ ਤੁਹਾਡੀ ਇੰਟਰੋਡਕਸ਼ਨ ਕੀਤੀ ਹੈ ਪੰਜਾਬੀ ਸੱਭਿਆਚਾਰ ਦੀ, ਅਤੇ ਉਸ ਮਾਂ ਬੋਲੀ ਦੇ ਨਾਂ 'ਤੇ ਆਪਾਂ ਗੱਲ ਸ਼ੁਰੂ ਕਰਦੇ ਹਾਂ, ਜਿੱਥੋਂ ਤੁਹਾਡੀ ਆਈ ਗੈਸ ਇੱਕ ਪਛਾਣ ਬਣੀ ਹੋਈ ਆ ਇਸ ਇੰਡਸਟਰੀ ਦੇ ਵਿੱਚ। ਸੋ ਉਹਦੇ ਜੇ ਤੁਸੀਂ ਕੋਈ ਵੀ ਦੋ ਬੋਲ ਪਹਿਲਾਂ ਸਾਡੇ ਜਿਹੜੇ ਆਡੀਅੰਸ ਨੂੰ ਸੁਣਾਉਣਾ ਚਾਹੋਗੇ? ਬਿਲਕੁਲ ਜੀ, ਕਹਿਣਾ ਮਤਲਬ ਜਿਹੜੀ ਲੱਸੀ ਆ, ਪਹਿਲੀ ਗੱਲ ਤਾਂ ਬਹੁਤ ਔਖੀ ਮਿਲਦੀ ਆ ਘਰਾਂ ਦੇ ਵਿੱਚ। ਲੱਸੀ ਤੋਂ ਸ਼ੁਰੂ ਕਰਦੇ ਹਾਂ ਵੀ ਜਿਹੜੇ ਘਰਾਂ ਦੇ ਵਿੱਚ ਲੱਸੀ ਆ, ਇਹਦਾ ਮਤਲਬ ਉੱਥੇ ਬੱਚੇ ਤੰਦਰੁਸਤ ਨੇ, ਚੰਗੀ ਸਿਹਤ ਆ, ਅਤੇ ਨਣ ਅਤੇ ਭਰਜਾਈ ਦੀ ਬੜੀ ਬਣਦੀ ਆ, ਨੂੰਹ ਅਤੇ ਸੱਸ ਦੀ ਬੜੀ ਬਣਦੀ ਆ, ਕਿਉਂਕਿ ਲੱਸੀ ਪੀਣ ਨਾਲ ਬੰਦੇ ਨੂੰ ਗੁੱਸਾ ਨਹੀਂ ਆਉਂਦਾ। ਜੀ ਬਿਲਕੁਲ ਨਹੀਂ। ਲੱਸੀ ਤੋਂ ਸ਼ੁਰੂ ਕਰਦੇ ਹਾਂ। ਹਾਂਜੀ ਜੀ। ਖੇਤਾਂ 'ਚੋਂ ਲਿਆ ਕੇ ਕਦੇ ਗੰਨੇ ਸੀ ਚਪਾਉਂਦਾ, ਸਾਗ ਸਰੋਂ ਦਾ ਤੇ ਰੋਟੀ ਮੱਕੀ ਦੀ ਖਵਾਉਂਦਾ, ਉਹ ਖੱਟੀ ਜੀਭ ਦੇ ਸਵਾਦ ਵਾਲੀ ਖੱਟਲੀ, ਜੀਭ ਦੇ ਸਵਾਦ ਵਾਲੀ ਖੱਟਲੀ, ਮੈਂ ਚੰਡੀਗੜ੍ਹ ਸ਼ਹਿਰ ਦੀ ਕੁੜੀ, ਪੇਂਡੂ ਜੱਟ ਨੇ ਪੇਂਡੂ ਜੱਟ ਨੇ ਪਿਆ ਕੇ ਲੱਸੀ ਪੱਟਲੀ, ਮੈਂ ਚੰਡੀਗੜ੍ਹ ਸ਼ਹਿਰ ਦੀ ਕੁੜੀ। ਓਏ ਅਸਲੀ ਚੀਜ਼ਾਂ ਦਾ ਹੁੰਦਾ ਅਸਲੀ ਸਵਾਦ, ਪਿੰਡਾਂ ਦੇ ਆ ਮੁੰਡਿਆਂ ਦੀ ਸਿਹਤ ਦਾ ਵੀ ਰਾਜ, ਅਸਲੀ ਚੀਜ਼ਾਂ ਦਾ ਹੁੰਦਾ ਅਸਲੀ ਸਵਾਦ, ਪਿੰਡਾਂ ਦੇ ਆ ਮੁੰਡਿਆਂ ਦੀ ਸਿਹਤ ਦਾ ਵੀ ਰਾਜ। ਉਹ ਖਾਂਦੇ ਬਰਗਰ ਪੀਜੇ ਨਾ ਹੀ ਡੋਸਾ, ਉਹ ਖਾਂਦੇ ਬਰਗਰ ਪੀਜੇ ਨਾ ਹੀ ਡੋਸਾ, ਨੀ ਕਦੇ ਨਾ ਵਿਚਾਲਿਓ ਟੁੱਟਦੀ ਨੀ ਯਾਰੀ ਜੱਟ ਦੀ, ਉਹ ਯਾਰੀ ਜੱਟ ਦੀ ਤੂਤ ਦਾ ਮੂਛਾ, ਨੀ ਕਦੇ ਨਾ ਵਿਚਾਲਿਓ ਟੁੱਟਦੀ। ਕਿਆ ਬਾਤ, ਕਿਆ ਬਾਤ, ਬਿਊਟੀਫੁਲ। ਆਈ ਥਿੰਕ ਇਸੇ ਗੱਲਾਂ ਤੋਂ ਇੱਕ ਤਾਂ ਜਿਹੜੇ ਤੁਹਾਡੀ ਆਵਾਜ਼ਾਂ ਤਾਂ ਹੈਗੀਆਂ ਸੁਰੀਲੀਆਂ, ਇੱਕ ਜਿਹੜੇ ਤੁਹਾਡੇ ਨਖਰੇ ਆ, ਹੈ ਨਾ, ਇਹ ਜਿਹੜੇ ਤੁਹਾਡੀ ਆਈ ਗੈਸ ਜਿਹੜੀ ਤੁਹਾਡੀ ਐਕਸਪ੍ਰੈਸ਼ਨ ਆ, ਹੈ ਨਾ, ਜਮਾਂ ਜਿਹੜੇ ਤੁਹਾਡੀ ਆਡੀਅੰਸ ਉਹਨਾਂ ਨੂੰ ਨਾਲ ਜੋੜ ਦਿੰਦੇ ਆ। ਅਤੇ ਆਤਮਾ ਜੀ, ਆਪਾਂ ਪਹਿਲਾਂ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ। ਪਹਿਲੀ ਗੱਲ ਤਾਂ ਆਪਣਾ ਜਿਹੜਾ ਤੁਹਾਡਾ ਨਾਂ ਆ, ਤੁਹਾਡੇ ਨਾਂ ਦੇ ਨਾਲ ਤੁਹਾਡਾ ਪਿੰਡ ਜੁੜਿਆ ਹੋਇਆ, ਇਹਦੇ ਬਾਰੇ ਦੱਸੋ ਤੁਹਾਨੂੰ। ਸਭ ਤੋਂ ਵੱਡੀ ਹੈ ਜਨਮ ਭੂਮੀ ਜੀ, ਜਨਮ ਭੂਮੀ। ਚਲੋ ਅੱਜ ਅਸੀਂ ਸ਼ਹੀਦਾਂ ਨੂੰ ਵੀ ਸਲਾਮ ਕਰਦੇ ਹਾਂ, ਭਗਤ ਸਿੰਘ ਦੇ ਜਦੋਂ ਪਿੰਡ ਜਾਂਦੇ ਹਾਂ, ਜਦੋਂ ਉਹਨਾਂ ਦਾ ਘਰ ਦੇਖਦੇ ਹਾਂ ਜਿੱਥੇ ਉਹਨਾਂ ਜਨਮ ਹੋਇਆ, ਜਾਂ ਕਰਤਾਰ ਸਿੰਘ ਜੀ ਸਰਾਭਾ ਜੀ ਦੇ ਘਰੇ ਜਾਂਦੇ ਹਾਂ, ਅਤੇ ਸਾਨੂੰ ਮਾਣ ਹੁੰਦਾ ਕਿਉਂਕਿ ਭੂਮੀ ਦੇ ਨਾਲ ਇਨਸਾਨ ਜੁੜਿਆ ਹੋਇਆ। ਕਹਿੰਦਾ ਇਨਸਾਨ ਕਿੱਥੋਂ ਪੈਦਾ ਹੋਇਆ? ਕਹਿੰਦਾ ਮਿੱਟੀ ਤੋਂ। ਸੋ ਮਿੱਟੀ ਨਾਲ ਮੋਹ ਹਰ ਇੱਕ ਇਨਸਾਨ ਦਾ ਹੋਣਾ ਚਾਹੀਦਾ। ਜਿਹੜੇ ਇੱਥੇ ਇੱਥੇ ਸਾਡੇ ਪੰਜਾਬੀ ਵੀ ਵੱਸਦੇ ਆ ਪ੍ਰਦੇਸ਼ਾਂ ਦੇ ਵਿੱਚ, ਉਹਨਾਂ ਨੂੰ ਵੀ ਇੱਕੋ ਇੱਕ ਬੇਨਤੀ ਆ ਕਿ ਉਹ ਮੋਹ ਨੂੰ ਨਾ ਭੁੱਲਿਓ, ਕਿਉਂਕਿ ਉਹਦੇ ਨਾਲ ਹੀ ਪਿਆਰ ਆ। ਤੁਸੀਂ ਮੇਰੇ ਨੌਂ ਦੀ ਗੱਲ ਕੀਤੀ, ਆਤਮਾ, ਮਾਂ ਨੇ ਬੜੇ ਚਾਅ ਨਾਲ ਰੱਖਿਆ ਨੌਂ ਆਤਮਾ। ਜਦੋਂ ਮੈਨੂੰ ਸੋਝੀ ਆਈ, ਮੈਂ ਪੁੱਛਿਆ ਆਪਦੇ ਆਰ ਪਰਿਵਾਰ ਨੂੰ ਵੀ ਪਿੰਡ ਦਾ ਨਾਂ ਕੀ, ਕਹਿੰਦੀ ਬੁੱਢੇ ਵਾਲਾ। ਅੱਛਾ, 15-16 ਸਾਲ ਦਾ ਇਹੀ ਪੰਗਾ ਪਿਆ ਰਿਹਾ ਵੀ ਬੰਦਾ ਕੋਈ ਬੁੜਾ ਗਾਉਂਦਾ ਆਤਮਾ ਬੁੱਢੇ ਵਾਲੀ, ਪਤਾ ਹੋਣਾ ਕਿ ਰੱਬ ਨੇ ਸੁਣੀਆਂ ਮਾੜੀ ਜੀ ਤਾਂ ਤੋਰੀ ਫੁਲਕਾ ਚੱਲਿਆ। ਵੈਰੀ ਨਾਈਸ, ਬਹੁਤ ਵਧੀਆ। ਬਾਕੀ ਇਸ ਕਰਕੇ ਆ ਨੌਵਾਂ ਉਸ ਪਰਮਾਤਮਾ ਦਿੱਤਾ ਹੈ, ਤੁਸੀਂ ਮਾਣ ਦੇ ਰਹੇ ਹੋ, ਤੁਹਾਡਾ ਧੰਨਵਾਦ। ਥੈਂਕ ਯੂ। ਰੋਜ਼ੀ ਜੀ, ਤੁਸੀਂ ਮੈਨੂੰ ਦੱਸੋ ਵੀ ਜਿਹੜੀ ਤੁਹਾਡੀ ਕੋਲੈਬੋਰੇਸ਼ਨ ਹੋਈ ਸੀ ਆਤਮਾ ਜੀ ਦੇ ਨਾਲ, ਇਹ ਕਦੋਂ ਕੁ ਸ਼ੁਰੂ ਹੋਈ ਆ? ਸਾਨੂੰ ਇਕੱਠਿਆਂ ਨੂੰ ਕੰਮ ਕਰਦੇ 14 ਸਾਲ ਹੋ ਗਏ ਆ। ਕਿਆ ਬਾਤ। ਅਤੇ ਬਸ ਇੱਦਾਂ ਹੀ, ਜਿੱਦਾਂ ਕਿ ਮੈਂ ਹੀ ਕਹੂੰਗੀ ਸਰੋਤਿਆਂ ਦਾ, ਜਿੰਨੀ ਦੇਰ ਸਾਡੇ 'ਤੇ ਆਸ਼ੀਰਵਾਦ ਇੱਦਾਂ ਹੀ ਬਣਾਈ ਰੱਖਣ, ਕਿਉਂਕਿ ਉਹ ਸਾਨੂੰ ਪਸੰਦ ਕਰਦੇ, ਤਾਂ ਹੀ ਸਾਨੂੰ ਇੰਨਾ ਲੰਬਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ, ਅਤੇ ਅੱਗੇ ਵੀ ਮੈਂ ਇਹੀ ਚਾਹੂੰਗੀ ਕਿ ਤੁਹਾਡਾ ਆਸ਼ੀਰਵਾਦ ਚਾਹੀਦਾ, ਕਿ ਇੱਦਾਂ ਹੀ ਕੰਮ ਕਰਦੇ ਨੇ। ਬਹੁਤ ਵਧੀਆ।
ਤੁਸੀਂ ਗਾਇਕ ਹੀ ਆਤਮਾ ਜੀ, ਤੁਸੀਂ ਪਹਿਲਾਂ ਲਿਖਦੇ ਹੁੰਦੇ ਸੀ ਇੱਕ ਛੋਟੀ ਜਿਹੀ ਉਮਰ ਦੇ ਵਿੱਚ, 18 ਦੇ ਸਾਲ ਦਾ ਸੀਗੇ ਮੇਰੇ ਖਿਆਲ ਨਾਲ ਤੁਸੀਂ ਹੈ ਨਾ ਲਿਖਣਾ ਸ਼ੁਰੂ ਕੀਤਾ। ਪਤਾ ਲੱਗਿਆ, ਬਹੁਤ ਮਿਹਰਬਾਨੀ ਜੀ। ਹਾਂਜੀ, ਸੋ ਆਪਾਂ ਕੀ ਕਹਿ ਸਕਦੇ ਵੀ ਜਿਹੜਾ ਤੁਹਾਡਾ ਇਹ ਲਗਾਅ ਆ ਜਿਹੜਾ ਤੁਹਾਡਾ ਗਾਇਕੀ ਦੇ ਨਾਲ ਲਿਖਣ ਦਾ ਛੋਟੀ ਉਮਰ ਤੋਂ ਸ਼ੁਰੂ ਹੋਇਆ ਸੀ? ਦੇਖੋ ਜੀ, ਮੈਂ ਹਾਸੇ ਵਾਲੀ ਗੱਲ ਕਹਿਣਾ ਵੀ ਮੇਰੇ ਰੁੜਨ ਤੋਂ ਲੈ ਕੇ ਜਹਾਜ਼ਾਂ ਤੱਕ ਇਹ ਜਿਹੜਾ ਸਫ਼ਰ ਆ ਬੜਾ ਸੰਘਰਸ਼ੀਲ ਜਿਹਾ ਹੈਗਾ। ਭਾਅ ਜੀ ਉਹਨਾਂ ਨੂੰ ਪਤਾ, ਅਸ਼ੋਕ ਭੋਰਾ ਜੀ ਉਹਨਾਂ ਨੂੰ ਵੀ, ਕਿਉਂਕਿ ਅਕਸਰ ਮਿਲਦੇ ਹੁੰਦੇ ਸੀ ਜੀ। ਅਤੇ ਮੈਂ 84 ਦੇ ਵਿੱਚ ਮੇਰਾ ਪਹਿਲਾ ਗੀਤ ਆ ਗਿਆ ਸੀ ਲਿਖਿਆ ਹੋਇਆ HMB ਦੇ ਵਿੱਚੋਂ, ਅਤੇ ਉਸ ਤੋਂ ਬਾਅਦ ਬੜੀ ਚਰਚਾ ਚੱਲੀ ਮਾਰਕੀਟ ਦੇ ਵਿੱਚ, ਇੱਕ ਜਵਾਕ ਜਿਹਾ ਯਾਰ ਗੀਤ ਲਿਖਦਾ। ਅੱਛਾ। ਅਤੇ ਉਹ ਗੀਤ ਲਿਖਦਾ ਅਤੇ ਅਸੀਂ ਵੀ ਮਾਰਕੀਟ 'ਚ ਜਾਣਾ, ਅਤੇ ਉਹ ਐਸਾ ਹਲੇਰੀ ਜੀ ਮਿਲੀ, ਇੰਨੀ ਦਲੇਰੀ ਮਿਲੀ ਕਿ ਮੈਨੂੰ ਹੋਰ ਲਿਖਣ ਦੀ ਝਿਟਕ ਲੱਗ ਗਈ। ਅਤੇ ਬਾਕੀ ਇਹ ਆ ਵੀ ਕਲਾਕਾਰਾਂ ਨੂੰ, ਮੈਂ ਵੀ ਕਲਾਕਾਰ ਜੀ ਮਾੜਾ, ਸ਼ਾਇਦ ਮੈਨੂੰ ਵੀ ਲੋਕ ਕੋਈ ਕਲਾਕਾਰ ਕਹਿੰਦੇ ਹੋ, ਪਰ ਮੈਂ ਕਲਾਕਾਰ ਨਹੀਂ ਹਾਂ। ਪਰ ਕਲਾਕਾਰ ਗੇੜੇ ਬਹੁਤ ਕਢਾਉਂਦੇ ਆ ਗੀਤਕਾਰਾਂ ਦੇ, ਉਹਨਾਂ ਦੇ ਵਿੱਚ ਮੈਂ ਵੀ ਸੀਗਾ। ਕਦੇ ਕਿਸੇ ਦਿਨ ਜਾ ਕੇ ਲੱਤਾਂ ਘੁੱਟਣ ਲੱਗ ਜਾਣਾ, ਕਦੇ ਕਿਸੇ ਨੂੰ ਚਾਹ ਬਣਾ ਕੇ ਦੇ ਦੇਣੀ, ਕਿਸੇ ਨੂੰ ਰੋਟੀ ਪਕਾ ਕੇ ਦੇਣੀ, ਕੀ ਵੀ ਯਾਰ ਮੇਰਾ ਗੀਤ ਰਿਕਾਰਡ ਕਰਾ ਦਿਓ। ਪਰ ਐਸੀ ਕਿਰਪਾ ਕੀਤੀ ਉਸ ਮਹਾਮਾਈ ਨੇ, ਉਸ ਗੁਰੂ ਨਾਨਕ ਸਾਹਿਬ ਨੇ ਐਸੀ ਕਿਰਪਾ ਕੀਤੀ ਕਿ 91 ਦੇ ਵਿੱਚ ਮੈਂ ਆਪ ਕੈਸਟ ਰਿਕਾਰਡ ਕਰਾ ਲਈ। ਅੱਛਾ। ਸੁਰਿੰਦਰ ਬਚਨ ਜੀ ਪਰਮਾਤਮਾ ਨੂੰ ਚੜ੍ਹਦਿਆਂ ਕਲਾਂ ਰੱਖੇ, ਅਤੇ ਮੈਂ ਜਾ ਕੇ ਉਹਨਾਂ ਨੇ ਇੱਕੋ ਇੱਕ ਗੱਲ ਕਹੀ ਜੀ, ਮੇਰੇ ਕੋਲ 6500 ਰੁਪਈਆ ਅਤੇ ਇਹਦੇ ਵਿੱਚ ਮੇਰੀ ਰਿਕਾਰਡਿੰਗ ਕਰ ਦਿਉ। ਉਹ ਜਿਹੜੀ ਰਿਕਾਰਡਿੰਗ ਸੀ, ਅਤੇ ਅੱਜ ਤੱਕ ਸ਼ਾਇਦ ਵੀ ਮੈਂ, ਹੋ ਸਕਦਾ ਮੇਰੇ ਤੋਂ ਉਹੋ ਜਿਹਾ ਮੈਟਰ ਨਹੀਂ ਇਕੱਠਾ ਹੋਇਆ ਜਿਹੜਾ ਉਸ ਕੈਸਟ ਦੇ ਵਿੱਚ ਸੀਗਾ। ਉਹਦੇ ਵਿੱਚ ਇੱਕ ਗੀਤ ਬਹੁਤ ਮਕਬੂਲ ਹੋਇਆ ਸੀ, ਸ਼ਾਇਦ ਮੈਂ ਉਹਦੇ 2 ਬੋਲ ਜ਼ਰੂਰ ਸੁਣਾਉਂਗਾ ਤੁਹਾਨੂੰ। ਉਹ ਸਹੁਰਿਆਂ ਦੇ ਸਾਲ ਵਿੱਚ ਇੱਕ ਅੱਧੀ ਵਾਰੀ ਜਾਈਏ ਗੱਜ ਵੱਜ ਕੇ, ਸਹੁਰਿਆਂ ਦੇ ਸਾਲ ਵਿੱਚ ਇੱਕ ਅੱਧੀ ਵਾਰੀ ਜਾਈਏ ਗੱਜ ਵੱਜ ਕੇ, ਨਾਲ ਹੋਵੇ ਨਾਰ ਤੰਕ ਵੇਲੇ ਨਸ਼ੇ ਨਾਲ ਤੁਰੀਏ ਨਾ ਰੱਜ ਕੇ, ਰਿਸ਼ਤੇਦਾਰੀ ਦੇ ਵਿੱਚ ਖਾਲੀ ਹੱਥ ਜਾਂਦੇ ਹੁੰਦੇ ਨਹੀਂ ਉਹ ਸੱਜਦੇ, ਸਹੁਰਿਆਂ ਦੇ ਸਿਰਾਂ ਤੇ ਜੋ ਆਈ ਸੱਜਦੇ ਜੇ ਸਹੁਰੇ ਹੋਣ ਚੱਜਦੇ, ਸਹੁਰਿਆਂ ਦੇ ਸਿਰਾਂ ਤੇ ਜੋ ਆਈ ਸੱਜਦੇ ਜੇ ਸਹੁਰੇ ਹੋਣ ਚੱਜਦੇ, ਉਹ ਸਹੁਰਿਆਂ ਨੂੰ ਪਾਈਏ ਨਾ ਬਗਾਰ ਪੈਸੇ ਦੀ, ਉਹ ਭਾਵੇਂ ਵਿਆਜੂ ਚੱਕੀਏ, ਔਤੀ ਆਉਂਦੀ ਵੇਖ ਕੇ ਜ਼ਮੀਨ ਬਿਨਾਂ ਰਿਸ਼ਤੇ ਦੀ ਝਾਕ ਰੱਖੀਏ, ਆਤਮਾ ਤਾਂ ਪਿੰਡ ਬੁੱਢੇ ਵਾਲ ਚੰਗੇ ਸਾਕ ਨੇ ਸਬੱਬੀ ਲੱਜਦੇ, ਸਹੁਰਿਆਂ ਦੇ ਸਿਰਾਂ ਤੇ ਜੋ ਆਈ ਸੱਜਦੇ ਜੇ ਸਹੁਰੇ ਹੋਣ ਚੱਜਦੇ। ਬਹੁਤ ਵਧੀਆ ਗੀਤ ਇਹ ਲਿਖਿਆ ਤੁਸੀਂ, ਕਾਫੀ ਇਹ ਇੱਥੇ ਵੀ ਕਬੂਲ ਕੀਤਾ ਗਿਆ। ਦੁਖੀ ਹੋ ਕੇ ਲਿਖਿਆ ਸੀਗਾ ਤੇ ਬਾਅਦ ਦੇ ਵਿੱਚ ਇੰਨਾ ਪਸੰਦ ਕੀਤਾ, ਮੈਨੂੰ ਹੁਣ ਐਂ ਲੱਗਦਾ ਵੀ ਘਰ ਦੇ ਵਿੱਚ ਮਾੜੀ ਮੋਟੀ ਤੂੰ ਤੂੰ ਮੈਂ ਹੁੰਦੀ ਰਹਿੰਦੀ ਹੈ। ਬਿਲਕੁਲ ਜ਼ਰੂਰ। ਰੋਜ਼ੀ ਜੀ, ਤੁਹਾਡਾ ਕਦੋਂ ਗੀਤ ਸੰਗੀਤ ਦੇ ਨਾਲ ਤੁਹਾਡਾ ਕਦੋਂ ਇਹ ਪ੍ਰੇਮ ਉੱਠਿਆ? ਮੈਂ ਜਦੋਂ ਸਕੂਲ ਵਿੱਚ ਸੀ ਉਦੋਂ ਥੋੜ੍ਹੇ ਜਿੱਦਾਂ ਕਿ ਪਾਰਟੀਸਪੇਟ ਕਰੀਦਾ ਸੀ, ਕੋਈ ਵੀ ਫੰਕਸ਼ਨ ਆਉਂਦੇ ਸੀ, ਲੇਕਿਨ ਮੈਂ ਕਦੀ ਇੱਦਾਂ ਸੋਚਿਆ ਨਹੀਂ ਸੀ ਕਿ ਮੈਂ ਸਿੰਗਰ ਬਣੂੰਗੀ। ਲੇਕਿਨ ਫਿਰ ਜਿਹੜੇ ਮੇਰੇ ਟੀਚਰਸ ਨੇ ਉਹੀ ਮੈਨੂੰ ਹਮੇਸ਼ਾ ਐਪਰੀਸ਼ੀਏਟ ਕਰਦੇ ਹੁੰਦੇ ਸੀ, ਨਹੀਂ ਤੂੰ ਚੱਲ ਤੂੰ ਕਰ ਸਕਦੀ ਹਾਂ ਇਹਨੂੰ। ਫਿਰ ਅੱਗੋਂ ਫੈਮਿਲੀ ਸੀ, ਉਹ ਨਹੀਂ ਸੀ ਮੰਨਦੀ, ਇਹਦੇ ਵਿੱਚ ਵੀ ਮੇਰੇ ਜਿਹੜੇ ਟੀਚਰਸ ਨੇ ਉਹਨਾਂ ਦਾ ਬਹੁਤ ਯੋਗਦਾਨ ਆ ਮੈਨੂੰ ਇੱਥੇ, ਕਿ ਆਪਾਂ ਇਹੀ ਕਹਿ ਸਕਦੇ ਹਾਂ ਦੁਨੀਆ ਦੇ ਸਾਹਮਣੇ ਲਿਆਉਂਦਾ ਵੀ ਨਹੀਂ ਤੂੰ ਕਰੋ, ਤੁਸੀਂ ਇਹਨੂੰ ਮੌਕਾ ਦੇਵੋ, ਕਿਉਂਕਿ ਫੈਮਿਲੀ ਮੰਨਦੀ ਨਹੀਂ ਸੀ। ਲੇਕਿਨ ਇਹ ਪਰਮਾਤਮਾ ਦੀ ਜਾਂ ਮੇਰਿਆ ਸੀਗਾ, ਇਹ ਮੇਰੇ ਕਰਮਾਂ 'ਚ ਲਿਖਿਆ ਹੋਇਆ ਸੀ ਵੀ ਇੱਦਾਂ ਹੀ ਸੇਵਾ ਕਰਨੀ ਆ ਮੈਂ, ਤਾਂ ਮੇਰੇ ਡੈਡੀ ਉਹਨਾਂ ਨੇ ਮੈਨੂੰ ਇਜਾਜ਼ਤ ਦਿੱਤੀ, ਇਸ ਲਈ ਮੈਂ ਅੱਜ ਸਾਰਿਆਂ ਦੇ ਸਾਹਮਣੇ ਆ। ਤੁਸੀਂ ਫੈਮਿਲੀ ਦੀ ਗੱਲ ਕੀਤੀ ਆ, ਤੁਸੀਂ ਕਹਿੰਦੇ ਤੁਹਾਡੀ ਫੈਮਿਲੀ ਕਾਫੀ ਸਟ੍ਰਿਕਟ ਸੀ, ਉਹਨਾਂ ਨੇ ਇੰਨੀ ਜ਼ਿਆਦਾ ਸਪੋਰਟ ਸ਼ੁਰੂਆਤ 'ਚ ਨਹੀਂ ਕੀਤੀ, ਪਰ ਹੁਣ ਕਿਵੇਂ ਉਹਨਾਂ ਦਾ ਰਿਸਪਾਂਸ ਆ? ਨਹੀਂ, ਹੁਣ ਉਹਨਾਂ ਨੂੰ ਖੁਸ਼ੀ ਹੁੰਦੀ ਆ, ਪਹਿਲਾਂ ਹੁੰਦਾ ਆ ਜੀ ਸਾਰਿਆਂ ਨੂੰ, ਲੇਕਿਨ ਨਹੀਂ ਹੁਣ ਖੁਸ਼ੀ ਜਦੋਂ ਦੇਖਦੇ ਆ ਟੀਵੀ 'ਤੇ ਜਾਂ ਉਹਨਾਂ ਨੂੰ ਕੋਈ ਕਹਿੰਦੇ ਅਮਨ ਰੋਜ਼ੀ ਤੁਹਾਡੀ ਕੁੜੀ ਆ, ਹੈ ਨਾ, ਤਾਂ ਖੁਸ਼ੀ ਹੁੰਦੀ ਆ ਮੈਨੂੰ ਵੀ, ਅਤੇ ਇਹੀ ਚਾਹੀਦਾ ਜੀ। ਅਤੇ ਹੋਰ ਕੋਈ ਮੁਸ਼ਕਲਾਂ ਦਾ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪਿਆ ਇੱਕ ਕੁੜੀ ਹੋਣ ਦੇ ਨਾਤੇ ਇਹੋ ਜਿਹੀ ਇੰਡਸਟਰੀ ਦੇ ਵਿੱਚ? ਮੈਨੂੰ ਪਤਾ ਕਾਫੀ ਹਾਰਡ ਹੁੰਦੇ, ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਨਹੀਂ ਬਿਲਕੁਲ,
ਹੈ ਇੱਕ ਕੁੜੀ ਲਈ ਬਹੁਤ ਔਖਾ ਆ। ਸ਼ੁਰੂ ਸ਼ੁਰੂ 'ਚ ਹੋਇਆ ਸੀ, ਲੇਕਿਨ ਮੈਨੂੰ ਜ਼ਿਆਦਾ ਔਖਾ ਇੱਦਾਂ ਨਹੀਂ ਹੋਇਆ, ਕਿਉਂਕਿ ਮੈਂ ਜਿਹੜਾ ਪ੍ਰੋਫੈਸ਼ਨਲ ਤੌਰ 'ਤੇ ਮੈਂ ਸਟਾਰਟਿੰਗ ਕੀਤੀ ਆ, ਸਟੇਜ ਪਰਫਾਰਮੈਂਸ ਦੀ ਸਟਾਰਟਿੰਗ ਕੀਤੀ, ਉਹ ਮੈਂ ਆਤਮਾ ਜੀ ਦੇ ਨਾਲ ਹੀ ਕੀਤੀ, ਉਹ ਬਾਕੀ ਸਾਰੇ ਇਹਨਾਂ ਨੇ ਸਾਂਭਲੇ। ਕਿਆ ਬਾਤ ਹੈ। ਨਹੀਂ ਐਕਚੁਅਲੀ ਮੈਂ ਇਹੀ ਕਹੂੰਗੀ, ਇਹਨਾਂ ਨੇ ਬਹੁਤ ਮੈਨੂੰ ਬਿਲਕੁਲ ਨੌਲੇਜ ਨਹੀਂ ਸੀ, ਕਿਉਂਕਿ ਨਾ ਤਾਂ ਸਾਡੀ ਫੈਮਿਲੀ 'ਚ ਸੀਗਾ ਕੋਈ ਗਾਉਣ ਵਾਲਾ, ਲੇਕਿਨ ਇਹਨਾਂ ਨੇ ਮੈਨੂੰ ਹਰ ਜਗ੍ਹਾ 'ਤੇ ਦੱਸਿਆ ਕਿੱਦਾਂ ਖੜਨਾ ਆ, ਸਟੇਜ 'ਤੇ ਕਿੱਦਾਂ ਖੜਨਾ ਆ, ਕਿੱਥੇ ਕਿੱਦਾਂ ਬੈਠਣਾ ਹੈ, ਕਿਹਦੇ ਨਾਲ ਕਿੱਦਾਂ ਗੱਲ ਕਰਨੀ ਆ। ਮੈਂ ਥੈਂਕਸ, ਮੈਂ ਅੱਜ ਵੈਸੇ ਜੋ ਵੀ ਆ ਇਹਨਾਂ ਦੀ ਬਦੌਲਤ ਆ, ਹਾਂਜੀ ਬਿਲਕੁਲ। ਪਰ ਮੈਂ ਨਾਲ ਲੱਗਦੀ ਹੈ ਗੱਲ ਜ਼ਰੂਰ ਕਹੂੰਗਾ ਵੀ ਮੈਂ ਜੋ ਕੁਛ ਵੀ ਆ ਇਹਨਾਂ ਦੀ ਬਦੌਲਤ ਆ, ਉਹਦੇ ਵਿੱਚ ਇਹ ਗੱਲ ਆ ਕਹਿੰਦੀ ਵੀ ਮੰਨ ਲਓ ਵੀ ਮੈਨੂੰ ਇਹਨਾਂ ਨੇ ਸਿਖਾਇਆ ਨਾ, ਬੰਦੇ ਦਾ ਥੋੜਾ ਜਿਹਾ ਇਰਾਦਾ ਵੀ ਮਜ਼ਬੂਤ ਹੋਣਾ ਚਾਹੀਦਾ ਜੀ, ਬਿਲਕੁਲ। ਅਸੀਂ ਉੱਥੋਂ ਲੈ ਸਕਦੇ ਹਾਂ ਜੇਕਰ ਸਾਡੇ ਕੋਲ ਭਾਂਡਾ ਹੋਵੇ ਵੱਡਾ, ਜੇ ਹੁਣ ਭਾਂਡਾ ਭੋਰਾ ਲੈ ਕੇ ਖੜੇ ਆ ਉਹਦੇ ਕੀ ਪਾਵਾਂਗੇ ਉਹ 'ਚ। ਇਸ ਕਰਕੇ ਇਹਨੇ ਸਬਰ ਰੱਖਿਆ, ਉਹ ਮੇਰੀਆਂ ਬੱਚੀਆਂ ਮੇਰੀਆਂ ਭੈਣਾਂ ਮੇਰੇ ਤੋਂ ਸੀਨੀਅਰ ਕਲਾਕਾਰ, ਉਹਨਾਂ ਨੂੰ ਵੀ ਬੇਨਤੀ ਕਰਦਾ, ਮੈਂ ਕਿਸੇ ਦੇ ਲਾ ਕੇ ਗੱਲ ਨਹੀਂ ਕਰਦਾ, ਆਉਂਦੀਆਂ ਤਕਲੀਫਾਂ ਫੀਮੇਲ ਆਰਟਿਸਟ ਨੂੰ ਤਕਲੀਫਾਂ ਆਉਂਦੀਆਂ, ਪਰ ਜਦੋਂ ਉਹਦੇ ਦਿਲ 'ਚ ਭੜਕਣਾ ਹੁੰਦੀ ਆ ਨਾ ਵੀ ਮੈਂ ਰਾਤੋਂ ਰਾਤ ਸਟਾਰ ਬਣ ਜਾਵਾਂ ਜਾਂ ਇਸ ਕਲਾਕਾਰ ਨਾਲ ਕਰਾਵਾਂ, ਕੱਲ੍ਹ ਉਹਦੇ ਨਾਲ ਪ੍ਰੋਗਰਾਮ ਲਾ ਲਵਾਂ, ਪਰਸੋਂ ਉਹਦੇ ਨਾਲ ਰਿਕਾਰਡਿੰਗ ਕਰਾ ਲਵਾਂ, ਅਤੇ ਫਿਰ ਉਹ ਮੁਸ਼ਕਲਾਂ ਆਉਣੀਆਂ ਆਉਣੀਆਂ। ਜੇਕਰ ਇੱਕ ਦੇ ਬਣ ਕੇ ਖੜੀਏ ਤਾਂ ਸ਼ਾਇਦ ਹੋ ਸਕਦਾ ਇਹ ਪ੍ਰੋਬਲਮਾਂ ਵੀ ਹੱਲ ਹੁੰਦੀਆਂ। ਬਹੁਤ ਵਧੀਆ ਐਡਵਾਈਸ ਦਿੱਤੀ ਹੈ ਤੁਸੀਂ। ਆਪਾਂ ਗੱਲ ਕਰੀਏ ਜਿਹੜੀ ਤੁਹਾਡੀ ਕੋਲੈਬੋਰੇਸ਼ਨ ਆ, ਤੁਸੀਂ ਇੱਕ ਮੇਲਾ ਲਾਇਆ ਸੀਗਾ, ਇੱਕ ਪਰਫੋਰਮੈਂਸ ਕੀਤੀ ਸੀਗੀ ਗੁਰਦਾਸਪੁਰ ਦੇ ਵਿੱਚ, ਉੱਥੇ ਮੇਰੇ ਖਿਆਲ ਤੁਹਾਡੀ ਕਾਫੀ ਜਿਹੜੀ ਤੁਹਾਡੀ ਚਰਚਾ ਉੱਥੇ ਹੋਈ ਸੀਗੀ, ਕਾਫੀ ਤੁਹਾਨੂੰ ਪਸੰਦ ਮਿਲੇ, ਕਾਫੀ ਤੁਹਾਨੂੰ ਉੱਥੋਂ ਫੀਡਬੈਕ ਵਧੀਆ ਮਿਲੀ, ਤੁਹਾਨੂੰ ਤੁਹਾਡੇ ਆਡੀਅੰਸ ਨੇ ਤੁਹਾਨੂੰ ਪਸੰਦ ਕੀਤਾ। ਇੱਕ ਗੀਤ ਤੁਸੀਂ ਉੱਥੇ ਗਾਇਆ ਸੀ ਜੀਜਾ ਸਾਲੀ ਦਾ, ਤੁਹਾਨੂੰ ਯਾਦ ਹੈ? ਜੀਜਾ ਬਹਿ ਜੀ ਨਾ ਬਠਿੰਡੇ ਵਾਲਾ ਜੱਟ। ਗੁਰਦਾਸਪੁਰ ਦੀ ਤੁਸੀਂ ਗੱਲ ਕੀਤੀ, ਜਿਹੜਾ ਮੇਰਾ ਆਤਮਾ ਜੀ ਦੇ ਨਾਲ ਫਸਟ ਸ਼ੋਅ ਸੀਗਾ ਉਹ ਗੁਰਦਾਸਪੁਰ ਦੇ ਵਿੱਚ ਹੀ ਸੀ। ਮੈਨੂੰ ਨਹੀਂ ਸੀ ਪਤਾ ਕਿੱਦਾਂ ਮੇਕਅਪ ਕਰਕੇ ਜਾਈਦਾ ਸਟੇਜ ਤੇ, ਇਹ ਮੈਨੂੰ ਕਹਿੰਦੇ ਕੁੜੀਏ ਤਿਆਰ ਹੋ ਜਾ, ਮੈਂ ਲਿਪਸਟਿਕ ਲਾਈ, ਮੈਂ ਕਿਹਾ ਜੀ ਮੈਂ ਤਿਆਰ ਹਾਂ, ਇਹ ਦੇਖਣ ਕਹਿੰਦੇ ਆਹ ਕੀ। ਫਿਰ ਮੈਨੂੰ ਜਿੰਨਾ ਕੁ ਮੈਂ ਸੁਣਿਆ ਸੀ ਕਿ ਆਰਟਿਸਟ ਜਿਹੜੇ ਸਿੰਗਰ ਨੇ ਸਿਰਫ ਗਾਉਂਦੇ ਆ, ਡਾਂਸ ਨਹੀਂ ਕਰਦੇ, ਮੈਂ ਇੱਦਾਂ ਸਟੇਜ 'ਤੇ ਗਈ, ਮੈਂ ਗਾਉਂਦੀ ਸੀ, ਆਪਣੀ ਲਾਈਨ ਪੂਰੀ ਕਰਕੇ ਪਿੱਛੇ ਖੜ ਜਾਂਦੀ ਸੀ, ਅਤੇ ਉਹ ਲੋਕਾਂ ਨੇ ਕਿਹਾ ਬਾਈ ਯਾਰ ਜਿਹੜੀ ਤੂੰ ਕੁੜੀ ਲੈ ਕੇ ਆਉਂਦੇ ਬੇਇੱਜ਼ਤੀ ਬਹੁਤ ਕਰਾਈ, ਛੱਡ ਦੇ ਉਹ ਕੁੜੀ ਨੂੰ, ਕਹਿੰਦਾ ਹੈ ਨਹੀਂ ਉਹਦੇ 'ਚ ਬਿਲਕੁਲ ਵੀ ਕੋਈ ਗੱਲਬਾਤ। ਤਾਂ ਮੈਨੂੰ ਬਹੁਤ ਹੋਇਆ ਇਸ ਚੀਜ਼ ਦਾ, ਹੈ ਨਾ, ਇਹ ਮੈਨੂੰ ਕਹਿੰਦੇ ਥੋੜ੍ਹਾ ਬਹੁਤਾ ਨੱਚਣਾ ਚਾਹੀਦਾ, ਮੈਂ ਕਿਹਾ ਮੈਂ ਤਾਂ ਇਹੀ ਸੁਣਿਆ ਵਾ ਕਿ ਜਿੰਨੇ ਵੀ ਆਰਟਿਸਟ ਆ ਸਿਰਫ ਸਿੰਗਰ ਆ ਉਹ ਗਾਉਂਦੇ ਆ, ਕਿਉਂਕਿ ਮੈਂ ਨਰਿੰਦਰ ਬੀਬਾ ਜੀ ਹੋਣਾ ਨੂੰ, ਸੁਰਿੰਦਰ ਕੌਰ ਜੀ ਹੋਣਾ ਨੂੰ ਦੇਖਿਆ ਸੀ, ਸਿਰਫ ਕਰਕੇ ਗਾਉਂਦੇ ਸੀ, ਸਿਰਫ ਗਾਉਂਦੇ ਸੀ, ਲੇਕਿਨ ਅੱਜ ਕੱਲ੍ਹ ਦੀ ਜਿਹੜੀ ਗਾਇਕੀ ਆ ਉਹਦਾ ਥੋੜ੍ਹਾ ਚੇਂਜ ਹੋ ਗਿਆ ਹੋਇਆ, ਮਾਹੌਲ ਚੇਂਜ ਹੋ ਗਿਆ, ਸਾਨੂੰ ਗਾਇਕੀ ਦੇ ਨਾਲ ਨਾਲ ਪਰਫਾਰਮੈਂਸ ਤੇ ਵੀ ਬਹੁਤ ਜ਼ਿਆਦਾ, ਗਾਇਕੀ ਤੋਂ ਜ਼ਿਆਦਾ ਪਰਫਾਰਮੈਂਸ ਤੇ ਵੱਧ ਧਿਆਨ ਦੇਣਾ ਪੈਂਦਾ। ਸੋ ਮੈਂ ਆਪਣੇ ਆਪ 'ਚ ਚੇਂਜਿੰਗ ਲਿਆਉਂਦੀ ਹਾਂ, ਅੱਜ ਲੋਕ ਬਹੁਤ ਪਿਆਰ ਦਿੰਦੇ ਆ, ਕਹਿੰਦੇ ਆ ਕਿ ਹਾਂ ਕੁੜੀ ਤੂੰ ਆਪਣੇ ਆਪ 'ਚ ਬਹੁਤ ਸੁਧਾਰ ਲੈ ਕੇ ਆਈ ਹਾਂ, ਥੈਂਕ ਯੂ। ਮੇਰੀ ਪਰਸਨਲ ਓਪੀਨੀਅਨ ਹੈ ਜਿਵੇਂ ਤੁਸੀਂ ਹੁਣ ਬਹਿ ਕੇ ਵੀ ਗਾਉਂਦੇ, ਕੋਈ ਡਾਂਸ ਨਹੀਂ ਕਰਦੇ, ਜਿਹੜੀ ਤੁਹਾਡੀ ਆਵਾਜ਼ ਆ ਉਹ ਜਿਹੜੀ ਕੰਨਾਂ ਤੱਕ ਗੂੰਜਦੀ ਆ, ਮੈਨੂੰ ਤਾਂ ਇਹੀ ਪਸੰਦ ਆ। ਸੋ ਉਹ ਜਿਹੜਾ ਤੁਸੀਂ ਪਰਫੋਰਮੈਂਸ ਕੀਤਾ ਸੀਗਾ ਉਹ, ਚਲੋ ਆਪਾਂ ਤੁਹਾਨੂੰ ਪਿਛਲੇ ਲੈ ਜਾਈਏ ਉਸ ਸਮੇਂ ਤੇ, ਜੀਜਾ ਜੀਜਾ ਤੇ ਸਾਲੀ ਦੀ ਅਕਸਰ ਗੱਲ ਕਹਿੰਦੇ ਆ, ਹਾਂਜੀ, ਪਰ ਸਾਡੇ ਉਹਦੇ ਵਿੱਚ ਗੀਤਕਾਰਾਂ ਦਾ ਵੀ ਬਹੁਤ ਯੋਗਦਾਨ ਆ ਵੀ ਉਹ ਰਿਸ਼ਤੇ ਨੂੰ ਅਸੀਂ ਕਿਵੇਂ ਲੋਕਾਂ ਦੇ ਸਾਹਮਣੇ ਪੇਸ਼ ਕਰਨਾ। ਦੇਖੋ ਇੱਕ ਗੱਲ ਪੱਕੀ ਵੀ, ਜਦ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਵੀ ਸਭ ਤੋਂ ਵੱਧ ਫਿਕਰ ਸਾਲੀ ਨੂੰ ਹੁੰਦਾ ਵੀ ਕਿਤੇ ਮੇਰੇ ਜੀਜੇ ਦੀ ਕਿਸੇ ਪਾਸਿਓਂ ਮਾੜੀ ਮੋਟੀ ਕਮੀ ਨਾ ਰਹਿ ਜਾਵੇ, ਉਹ ਕਦੇ ਉੱਧਰ ਨੂੰ ਦੇਖਦੀ ਆ ਵੀ ਜੀਜਾ ਜੇ ਮਾੜੀ ਮੋਟੀ ਦਾਰੂ ਪੀਂਦਾ ਕਿਤੇ ਦਾਰੂ ਪੀ ਕੇ ਨਾ ਗਿਰ ਜਾਵੇ, ਜੇ ਜੀਜਾ ਬਹੁਤਾ ਖਾਣ ਦਾ ਸ਼ੌਕੀਨ ਆ ਕਿਤੇ ਵੱਧ ਨਾ ਖਾ ਲਵੇ। ਸੋ ਇਸ ਕਰਕੇ ਉਹਨੂੰ ਸਮਝਾਉਂਦੀ ਆ ਉਹ ਕੀ ਕਹਿੰਦਾ ਤੇ ਉਹ ਕੀ ਕਹਿੰਦੀ ਆ, ਇੱਕ ਇੱਕ ਲਫ਼ਜ਼ ਸੁਣਨ ਵਾਲਾ। ਹਾਂਜੀ ਹਾਂਜੀ ਜ਼ਰੂਰ। ਜੀਜਾ ਸਹੁਰਿਆਂ ਦਾ ਪਿੰਡ ਪੀ ਕੇ ਕਰੀ ਦੇਣੀ ਹਿੰਡ, ਤੇਰੇ ਸਹੁਰਿਆਂ ਦਾ ਪਿੰਡ ਪੀ ਕੇ ਕਰੀ ਦੇਣੀ ਹਿੰਡ, ਮੇਰੇ ਕੱਲ ਦੇ ਦਿਮਾਗ ਵਿੱਚ
ਵਿੱਚ ਗੱਲ ਟਣਕੇ ਵੇਖ ਕਿਤੇ ਬਹਿ ਜੀਨਾ ਬਹਿ ਜੀਨਾ ਬਠਿੰਡੇ ਵਾਲਾ ਜੱਟ ਬਣ ਕੇ ਵੇਖ ਕਿਤੇ ਬਹਿ ਜੀਨਾ ਉਹ ਡੁੱਲੀ ਨਾ ਤੇ ਨੀ ਮਾਣ ਹੁੰਦੀ ਸਾਲੀਏ ਸਿਆਣਨੀ ਨਾ ਤੇ ਨੀ ਮਾਣ ਹੁੰਦੀ ਸਾਲੀਏ ਸਿਆਣ ਔਖੀ ਪਚੇ ਨਾਲ ਸੱਜਰੇ ਪਕੌੜਿਆਂ ਦੇ ਨੀ ਬਿਨਾ ਪੀਤੀਓ ਉਹ ਬਿਨਾ ਪੀਤੀਓ ਸ਼ਰਾਬ ਚੜੇ ਸਹੁਰਿਆਂ ਦੇ ਨੀ ਬਿਨਾ ਪੀਤੀਓ ਬਹੁਤ ਵਧੀਆ ਵੈਰੀ ਨਾਈਸ ਸੋ ਮੈਨੂੰ ਪਤਾ ਲੱਗਦਾ ਵੀ ਕਾਹਤੇ ਤੁਹਾਨੂੰ ਇੰਨਾ ਪਸੰਦ ਕੀਤਾ ਗਿਆ ਉਸ ਟਾਈਮ ਜਿਹੜੀ ਰਿਸ਼ਤਿਆਂ ਦੀ ਗੱਲ ਹੁੰਦੀ ਆ ਆਪਾਂ ਪਿੱਛੇ ਲੈ ਜਾਂਦੇ ਜਦੋਂ ਆਪਾਂ ਆਪਣੇ ਗ੍ਰੈਂਡ ਪੇਰੈਂਟਸ ਨਾਲ ਹੁੰਦੇ ਸੀਗੇ ਦਾਦੀ ਬਾਬੇ ਨਾਲ ਹੁੰਦੇ ਸੀ ਬਾਤਾਂ ਪਾਉਂਦੇ ਹੁੰਦੇ ਸੀ ਕਹਾਣੀਆਂ ਸੁਣਾਉਂਦੇ ਹੁੰਦੇ ਸੀਗੇ ਦੇਖੋ ਜੀ ਉਹ ਤਾਂ ਗੱਲ ਇਹ ਆ ਵੀ ਨਾ ਤਾਂ ਹੁਣ ਦਾਦੀ ਕੋਲ ਟਾਈਮ ਆ ਪੋਤੀ ਨੂੰ ਬਾਤਾਂ ਸੁਣਾਉਣ ਹਾਂ ਨਾ ਪੋਤੀ ਕੋਲ ਟਾਈਮ ਆ ਦਾਦੀ ਕੋਲ ਬਹਿਣ ਦਾ ਇਸ ਕਰਕੇ ਸਮਾਂ ਇਹ ਜਾ ਗਿਆ ਜੀ 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 ਸੋ ਇਹ ਕਾਫੀ ਉਹਦੇ ਨਾਲ ਹੀ ਜਿਹੜੇ ਆਪਣੇ ਜਿਹੜੇ ਰਿਸ਼ਤੇ ਸੀਗੇ ਆਪਣੇ ਵਿਰਸੇ ਦੀ ਗੱਲਾਂ ਕਹਾਣੀਆਂ ਜੋ ਦੱਸਦੇ ਸੀ ਜੋ ਅਸੀਂ ਛੋਟੇ ਸੀ ਅਸੀਂ ਇੱਦਾਂ ਖੂਹ ਤੋਂ ਪਾਣੀ ਭਰਦੇ ਸੀ ਅਸੀਂ ਇੱਦਾਂ ਕਰਦੇ ਸੀ ਉਹ ਡਿਸਅਪੀਅਰ ਹੋ ਗਿਆ ਆਪਣੇ ਕਲਚਰ ਦੇ ਵਿੱਚ ਇੱਥੇ ਤਾਂ ਮੈਨੂੰ ਪਤਾ ਹੋਇਆ ਹੈ ਇੰਡੀਆ ਵੀ ਮੈਂ ਇਹੀ ਸੁਣਿਆ ਕਿ ਉੱਥੇ ਵੀ ਜਿਹੜੇ ਬੱਚੇ ਅੱਜ ਕੱਲ੍ਹ ਜ਼ਿਆਦਾ ਮਾਡਰਨਾਈਜ਼ ਹੋ ਗਿਆ ਸਾਰਾ ਕੁਛ ਕਮਰਸ਼ਲਾਈਜ਼ਡ ਹੋ ਗਿਆ ਆ ਪਰ ਤੁਸੀਂ ਕਿਸੇ ਤਰੀਕੇ ਇਹਨੂੰ ਜਾਗਰੂਕ ਰੱਖਦੇ ਹੋ ਤੁਸੀਂ ਆਪਣੇ ਗੀਤਾਂ ਦੇ ਵਿੱਚ ਅਸੀਂ ਜੇ ਸਹੀ ਪੁੱਛੋ ਤੁਹਾਡਾ ਧੰਨਵਾਦ ਤੁਸੀਂ ਸਾਡੀਆਂ ਇਹ ਗੱਲਾਂ ਲੋਕਾਂ ਤੱਕ ਪਹੁੰਚਾ ਰਹੇ ਹੋ ਸਾਡੇ ਸਰੋਤਿਆਂ ਦਰਸ਼ਕਾਂ ਤੱਕ ਪਰ ਸਾਡਾ ਜਿੰਨਾ ਸਾਡਾ ਇਸ ਟਾਈਮ ਜ਼ੋਰ ਲੱਗਿਆ ਹੋਇਆ ਸਿਰਫ ਇਹੀ ਹੁੰਦਾ ਵੀ ਕੁਝ ਨਾ ਕੁਝ ਸਾਡੇ ਲਫ਼ਜ਼ਾਂ ਦੇ ਕਿਤੇ ਨਾ ਕਿਤੇ ਅਮਲ ਕੀਤਾ ਜਾਵੇ ਜੀ ਨਸ਼ਾ ਬਹੁਤ ਬੁਰੀ ਲਾਹਨਤ ਆ ਪਰਮਾਤਮਾ ਕਰੇ ਪੰਜਾਬ ਉਹੀ ਪੰਜਾਬ ਆ ਜਿੱਥੇ ਗੁਰੂਆਂ ਨੇ ਸਾਡੇ ਪੀਰਾਂ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਉਹ ਪਵਿੱਤਰ ਧਰਤੀ ਹੈ ਜਦੋਂ ਅਸੀਂ ਵੀ ਸੁਣਦੇ ਹਾਂ ਵੀ ਯਾਰ ਪੰਜਾਬ 'ਚ ਨਸ਼ਾ ਬਹੁਤ ਆ ਦੁੱਖ ਬਹੁਤ ਲੱਗਦਾ ਪਰ ਕੀ ਹੋਰ ਸੂਬੇ ਵੀ ਨੇ ਜਿੱਥੇ ਨਸ਼ਾ ਤਾਂ ਹੈਗਾ ਪਰ ਨਾ ਪੰਜਾਬ ਨੂੰ ਇੰਨਾ ਕਿਉਂ ਦਬਾਇਆ ਜਾਂਦਾ ਇਸ ਕਰਕੇ ਮੇਰੀ ਪੰਜਾਬੀ ਪੰਜਾਬ ਨੂੰ ਚੇਚੇ ਤੌਰ 'ਤੇ ਹੱਥ ਮੰਨ ਕੇ ਬੇਨਤੀ ਆ ਵੀ ਇਹ ਜਿਹੜੀ ਆਪਣੇ 'ਤੇ ਕਲੰਕ ਜਿਹਾ ਲੱਗਦਾ ਜਾਂਦਾ ਇਹਨੂੰ ਆਪਾਂ ਹਟਾਉਣਾ ਨਸ਼ਿਆਂ ਨੂੰ ਭਜਾਉਣਾ ਅਤੇ ਆਪਾਂ ਪੰਜਾਬ ਨੂੰ ਉਹੀ ਸੋਨੇ ਦੀ ਚਿੜੀ ਨਹੀਂ ਸੋਨੇ ਦਾ ਮੋਰ ਬਣਾਉਣਾ ਨਸ਼ੇ ਦੀ ਗੱਲ ਕਰੀਏ ਤਾਂ ਨਸ਼ਾ ਹਰ ਪਾਸੇ ਹੈ ਇਕੱਲੇ ਪੰਜਾਬ 'ਚ ਨਹੀਂ ਇੰਡੀਆ 'ਚ ਆ ਇੱਥੇ ਕੈਨੇਡਾ ਦੇ ਵਿੱਚ ਹਾਂਜੀ ਬਿਲਕੁਲ ਸਾਰੇ ਪਾਸੇ ਹੈ ਲੇਕਿਨ ਹਾਂ ਇੱਕ ਮੈਂ ਦੇਖ ਰਹੀ ਹਾਂ ਕਿ ਪੰਜਾਬ ਨੂੰ ਮੋਰੀ ਬਣਾਇਆ ਹੋਇਆ ਕਿ ਪੰਜਾਬ 'ਚ ਨਸ਼ਾ ਜਾਂ ਬਾਰਡਰ ਤੋਂ ਇੱਧਰ ਆਉਂਦਾ ਇੱਦਾਂ ਆਉਂਦਾ ਮੈਂ ਤਾਂ ਇਹੀ ਕਹੂੰਗੀ ਕਿਸੇ 'ਤੇ ਕੋਈ ਵੀ ਬਲੇਮ ਲਾਉਣ ਦੀ ਲੋੜ ਨਹੀਂ ਕੌਣ ਕੀ ਕਰਦਾ ਕੌਣ ਵਕਾਉਂਦਾ ਕੌਣ ਕੀ ਕਰਦਾ ਲੇਕਿਨ ਕੋਈ ਮੂੰਹ 'ਚ ਨਹੀਂ ਪਾਉਂਦਾ ਹੈ ਨਾ ਇਹ ਤੁਹਾਡੀ ਆਪਣੀ ਸੋਚ ਆ ਸਾਨੂੰ ਪਤਾ ਕਿ ਇਹ ਚੀਜ਼ ਬਹੁਤ ਹਾਨੀਕਾਰਕ ਆ ਤਾਂ ਉਸ ਤੋਂ ਬਚੋ ਮੇਰੀ ਤਾਂ ਇਹੀ ਸਾਰੇ ਅੱਗੇ ਬੇਨਤੀ ਹੈ ਬਹੁਤ ਵਧੀਆ ਸੋਚ ਹੈ ਤੁਹਾਡੀ ਦੋਨਾਂ ਦੀ ਜਦੋਂ ਹੁਣ ਆਪਾਂ ਗੱਲ ਕਰਦੇ ਹਾਂ ਲਿਰਿਕਸ ਦੀ ਕਾਫੀ ਜਿਵੇਂ ਆਪਾਂ ਪਹਿਲਾਂ ਬ੍ਰੇਕ ਤੋਂ ਵੀ ਕਰਦੇ ਸੀ ਗੱਲ ਕਿ ਵੈਪਨਸ ਹਥਿਆਰਾਂ ਦੀ ਗੱਲਾਂ ਬਹੁਤ ਆ ਬੁਲਟਾਂ ਦੀ ਗੱਡੀਆਂ ਦੀ ਨਾਰਾਂ ਦੀ ਬਹੁਤ ਇਹੋ ਜਿਹੇ ਲਿਰਿਕਸ ਆ ਗਏ ਮੋਰੇ ਵੀ ਜਿਹੜੇ ਬਹੁਤ ਕਮਰਸ਼ਲਾਈਜ਼ਡ ਹੋ ਗਏ ਆ ਅਤੇ ਜਿਹੜੇ ਤੁਹਾਡੇ ਗੀਤ ਆ ਇਹ ਥੋੜ੍ਹੇ ਜਿਹੇ ਅਲੱਗ ਕਿਸਮ ਦੇ ਆ ਇਹ ਆ ਜੀ ਸਾਨੂੰ ਅਸਲੇ ਦਾ ਲਾਇਸੈਂਸ ਨਹੀਂ ਮਿਲਿਆ ਜੀ ਹਾਂਜੀ ਬੁਲਟ ਮੈਨੂੰ ਚਲਾਉਣਾ ਨਹੀਂ ਆਉਂਦਾ ਇਸ ਕਰਕੇ ਫਿਰ ਮੈਂ ਕਿਹਾ ਵੀ ਆਪਾਂ ਗੀਤ ਕਿਉਂ ਇਹ ਤੋਂ ਦੂਰ ਹੀ ਰੱਖੀ ਆ ਸਾਡੇ ਤਾਂ ਉਹੀ ਹੁੰਦੇ ਵੀ ਖੇਤਾਂ 'ਚ ਚਲੇ ਗਿਆ ਕੋਈ ਮਿਹਨਤ ਕਰ ਲਈ ਕਿਸੇ ਮੰਨ ਲਾ ਆਪਣੀ ਮਾਤਾ ਨੂੰ ਘੁਮਾ ਲਿਆ ਏ ਕਿਤੇ ਆਪਣੇ ਡੈਡੀ ਨੂੰ ਵਧੀਆ ਮੇਲਾ ਦਿਖਾ ਲਿਆ ਵੀ ਇਹੀ ਗੱਲਾਂ ਨਾਲ ਜਦ ਲੋਕ ਰੱਜਦੇ ਆ ਸਾਨੂੰ ਵਧੀਆ ਲੱਗਦਾ ਤੇ ਹੁਣ ਅਸੀਂ ਬਿਲਕੁਲ ਨਵਾਂ ਗੀਤ ਇੱਕ ਦਿੱਤਾ ਵਾ ਉਹ ਗੀਤ ਇਹ ਆ ਵੀ ਰੋਜ਼ਾਨਾ ਕੀ ਵਾਪਰਦਾ ਔਰ ਉਸ ਗੱਲ ਦੀ ਮੈਂ ਆਹ ਮੈਪ ਦੇ ਰਿਜਕ 'ਚ ਬੈਠਾ ਉਹ ਗੀਤ ਮੈਕ ਤੇ ਖੜ ਕੇ ਲਿਖਿਆ ਤੇ ਉੱਥੇ ਹੀ ਡੱਬ ਕਰਾਇਆ ਤੇ ਮੈਨੂੰ ਐਂ ਲੱਗਦਾ ਵੀ ਉਹ ਲੋਕ ਮੈਨੂੰ ਪਤਾ ਕਹਿੰਦੇ ਆ ਯਾਰ ਆਤਮੀ ਉਹ ਕਿਤੇ ਲਿਖਿਆ ਪਰ ਮੈਨੂੰ ਨਹੀਂ ਪਤਾ ਕਿਤੇ ਲਿਖਿਆ ਉਹ ਉਹਦੇ ਬੋਲ ਮੈਂ ਚਾਰ ਤੁਹਾਨੂੰ ਸੁਣਾਉਣ ਲੱਗਾ ਕਹੋਣ ਚੜਾਈਆਂ ਜਰਦਾ ਵੇ ਹਰ ਕੋਈ ਸੜਦਾ ਕਹੋਣ ਚੜਾਈਆਂ ਜਰਦਾ ਵੇ ਹਰ ਕੋਈ ਸੜਦਾ ਹਰ ਕੋਈ ਕੋਈ ਗੱਲ ਕਰਦਾ
ਇੱਕੋ ਹੀ ਗੱਲ ਕਰਦਾ ਮੈਨੂੰ ਲਾਉਣਾ ਥੱਲੇ ਹੱਥ ਜਿਹਦੇ ਤੇ ਹੱਥ ਜਿਹਦੇ ਤੇ ਮਾਲਕ ਦਾ ਉਹਦੀ ਬੱਲੇ ਬੱਲੇ ਆ ਹੱਥ ਜਿਹਦੇ ਤੇ ਮਾਲਕ ਦਾ ਉਹਦੀ ਬੱਲੇ ਬੱਲੇ ਆ ਉਹ ਸੌ ਸੌ ਐਬ ਕਮਾਉਣੇ ਨੀ ਰੋਬ ਜਮਾਉਣੇ ਸੌ ਸੌ ਐਬ ਕਮਾਉਣੇ ਨੀ ਰੋਬ ਜਮਾਉਣੇ ਨਾਲੇ ਦਿਲ ਦੇ ਭੇਤ ਛਪਾਉਣੇ ਦਿਲ ਦੇ ਭੇਤ ਛਪਾਉਣੇ ਉਹ ਮੂੰਹ ਦੇ ਸਾਊ ਆਤਮਿਆ ਬੱਕਰੇ ਦੀ ਮਾਂ ਕਦ ਤੱਕ ਸੁੱਖ ਮਨਾਊ ਆਤਮਿਆ ਬੱਕਰੇ ਦੀ ਮਾਂ ਕਦ ਤੱਕ ਸੁੱਖ ਮਨਾਊ ਆਤਮਿਆ ਇਹਦਾ ਇੱਕ ਪੈਰਾ ਹੈ ਜੀ ਜੋ ਅੱਜ ਕੱਲ ਦੇ ਮਾਹੌਲ ਦੇ ਨਾਲ ਆ ਉਹ ਵੀ ਮੈਂ ਜ਼ਰੂਰ ਸੁਣਾਉਂਗੀ ਓਏ ਖਾਗੀ ਨਸ਼ਾ ਜਵਾਨੀ ਮੈਂ ਲੈਣਾ ਨਾਨੀ ਖਾਗੀ ਨਸ਼ਾ ਜਵਾਨੀ ਮੈਂ ਲੈਣਾ ਨਾਨੀ ਹੁਣ ਲੱਭਦੇ ਨੀ ਦਿਲ ਜਾਨੀ ਲੱਭਦੇ ਨੀ ਦਿਲ ਜਾਨੀ ਗੱਲਾਂ ਕਰ ਕਰ ਦੁਨੀਆ ਨੇ ਖਰਚ ਵਧਾਣੇ ਖਰਚਾ ਹੱਦੋਂ ਵੱਧ ਵਧਾਣੇ ਮੁੰਡੇ ਕੁੜੀਆਂ ਨੇ ਉਹ ਮਹਿੰਗੀ ਬੜੀ ਪੜ੍ਹਾਈ ਕਰੇ ਕਰਜਾਈ ਮਹਿੰਗੀ ਬੜੀ ਪੜ੍ਹਾਈ ਕਰੇ ਕਰਜਾਈ ਉਹ ਜਾਂਦੀ ਜ਼ਮੀਨ ਬਕਾਈ ਜਾਂਦੀ ਜ਼ਮੀਨ ਬਕਾਈ ਹਾਲ ਕੀ ਬਣੂ ਬੁਢਾਪੇ ਦਾ ਬਾਪੂ ਪਿਆ ਬਿਮਾਰ ਉਡੀਕੇ ਫੋਨ ਨੀ ਕੈਨੇਡਾ ਤੋਂ ਆਉਂਦਾ ਕਾਕੇ ਦਾ ਕਿਆ ਬਾਤ ਕਿੰਨਾ ਵਧੀਆ ਇਹ ਬੋਲ ਸੀ ਇਹਦੇ ਲਿਖੇ ਇੰਨੇ ਸੱਚ ਸੀਗੇ ਇਹ ਜੇ ਜਿਹੜੀਆਂ ਸੱਚੀਆਂ ਗੱਲਾਂ ਆ ਮੈਂ ਅੱਜ ਕੱਲ੍ਹ ਵੇਖਿਆ ਜਿਹੜੇ ਗਾਇਕ ਆ ਇਹਨਾਂ ਤੋਂ ਦੂਰ ਰਹਿੰਦੇ ਆ ਜਿਹੜੀ ਸੱਚਾਈ ਹੁੰਦੀ ਆ ਮੋਹਰੇ ਲਿਆਉਣੀ ਬਹੁਤ ਔਖੀ ਆ ਕਮਰਸ਼ਲਾਈਜ਼ ਗੀਤ ਹੋ ਗਏ ਆ ਜਿਹੜੀ ਚੀਜ਼ਾਂ ਵਿਕਦੀਆਂ ਆ ਯੂਨੋ ਖੜਕਾ ਦੜਕਾ ਉਹ ਬਹੁਤ ਆਉਂਦਾ ਪਰ ਇਹੋ ਜਿਹੀਆਂ ਗੱਲਾਂ ਬਹੁਤ ਘੱਟ ਸੁਣਨ ਮਿਲਦੀਆਂ ਬੱਚੀਆਂ ਹੋਈਆਂ ਨੇ ਸਾਡੇ ਬੱਚੇ ਚਾਹੇ ਬੇਟੇ ਆ ਚਾਹੇ ਬੇਟੀਆਂ ਨੇ ਇੱਥੇ ਪੜ੍ਹਨ ਆਉਂਦੀਆਂ ਨੇ ਸਾਡਾ ਉਹਨਾਂ ਨੂੰ ਵੀ ਇਹੀ ਬੇਨਤੀ ਆ ਵੀ ਚੰਗਾ ਦੇਖੋ ਵਧੀਆ ਸੁਣੋ ਤੇ ਪਰ ਆਪਣਾ ਜੋ ਜਿਸ ਤਰ੍ਹਾਂ ਪਹਿਲੇ ਦਿਨ ਬੱਚੀ ਨੂੰ ਮਾਂ ਬਾਪ ਭੇਜਦਾ ਸਕੂਲ ਪੜ੍ਹਨ ਲਈ ਉਹਨੂੰ ਦੋ ਚਾਰ ਗੱਲਾਂ ਦੱਸਦਾ ਵੀ ਪੁੱਤ ਕਲਾਸ ਦੇ ਵਿੱਚ ਡਿਸਿਪਲਿਨ ਰੱਖਣਾ ਜੀ ਜੋ ਟੀਚਰ ਕਹਿੰਦੇ ਆ ਉਹਨਾਂ ਦੇ ਮੰਨ ਲਓ ਕਹਿਣੇ 'ਚ ਰਹਿਣਾ ਕਿਸੇ ਦੇ ਬਹੁਤਾ ਘਰ ਨਹੀਂ ਜਾਣਾ ਹੱਟੀ ਤੋਂ ਲੈ ਕੇ ਐਵੇਂ ਪਕੌੜੀਆਂ ਪਕੌੜੀਆਂ ਨਹੀਂ ਖਾਣੀਆਂ ਕਿਉਂਕਿ ਕਿਵੇਂ ਹਾਨੀਕਾਰਕ ਹੁੰਦੀਆਂ ਇਸ ਕਰਕੇ ਤੁਸੀਂ ਇੱਥੇ ਵੀ ਸਕੂਲ 'ਚ ਆਈਓ ਉਹ ਵੀ ਇੱਕ ਸਕੂਲ ਸੀ ਆਹ ਵੀ ਸਕੂਲ ਆ ਇਸ ਕਰਕੇ ਜੋ ਮਾਂ ਬਾਪ ਨੇ ਤੁਹਾਨੂੰ ਸਿੱਖਿਆ ਦਿੱਤੀ ਆ ਉਹ ਸਿੱਖਿਆ ਨਾ ਭੁੱਲੋ ਤੇ ਸਾਡਾ ਮਾਣ ਵਧੇਗੀ ਪੰਜਾਬੀਅਤ ਦੇ ਵਿੱਚ ਆਹ ਮਾਣ ਵੀ ਹੈਗਾ ਇਸ ਕਰਕੇ ਬਹੁਤ ਵਧੀਆ ਗੱਲ ਕੀਤੀ ਆ ਆਪਾਂ ਇੱਕ ਹੋਰ ਜੋੜੀ ਦੀ ਗੱਲ ਕਰਦੇ ਹਾਂ ਜੋ ਪੁਰਾਣੀ ਜੋੜੀ ਆ ਚਮਕੀਲਾ ਅਤੇ ਅਮਰਜੋਤ ਦੀ ਹਾਂਜੀ ਅਤੇ ਕਿਆ ਜੋੜੀ ਸੀ ਕਿੰਨੀ ਫੱਬਦੀ ਸੀਗੀ ਉਹ ਜਦੋਂ ਚਮਕੀਲੇ ਦੀ ਗੱਲ ਕਰਦੀ ਹਾਂ ਕਈ ਵਾਰੀ ਆਈ ਥਿੰਕ ਜਿਹੜੀ ਇੱਕ ਨਜ਼ਰ ਨਾਲ ਲੋਕ ਵੇਖਦੇ ਵੀ ਜਿਹੜੇ ਉਹ ਗੀਤ ਸੀਗੇ ਪਰਿਵਾਰਕ ਨਹੀਂ ਸੀਗੇ ਆਪਾਂ ਬਹਿ ਕੇ ਸੁਣ ਨਹੀਂ ਸਕਦੇ ਸੀ ਪਾਰਲਰ ਦੇ ਵਿੱਚ ਅਤੇ ਜਿਹੜੇ ਤੁਹਾਡਾ ਕੀ ਖਿਆਲ ਹੈ ਵੀ ਜੇ ਹੁਣ ਅਤੇ ਉਸ ਟਾਈਮ ਦਾ ਕੀ ਫਰਕ ਆ ਗੀਤਾਂ ਦੇ ਵਿੱਚ ਕੁਛ ਖਾਸ ਹੈਗਾ ਆ ਜਾਂ ਆਪਾਂ ਉੱਥੇ ਪਹੁੰਚੀ ਜਾਂਦੇ ਉਸੇ ਲੈਵਲ ਦੇ ਵਿੱਚ ਫਰਕ ਇਹ ਸੀ ਜੀ ਮੰਨ ਲਓ ਉਸ ਕਲਾਕਾਰ ਬਾਰੇ ਅਸੀਂ ਉਹਨੂੰ ਪਿਆਰ ਨਾਲ ਬਾਪੂ ਜੀ ਕਹਿੰਦੇ ਹਾਂ ਔਰ ਮਾਤਾ ਅਮਰਜੋਤ ਜੀ ਨੂੰ ਮਾਤਾ ਜੀ ਕਹਿੰਦੇ ਹਾਂ ਹਾਂਜੀ ਉਸ ਇਨਸਾਨ ਦਾ ਗਾਇਕੀ ਨਾ ਆਪਣੀ ਬਹੁਤ ਔਖੀ ਹੈ ਜੋ ਉਸ ਇਨਸਾਨ ਦੀ ਬੁੱਧੀ ਇੰਨੀ ਤੇਜ਼ ਸ਼ਾਇਦ ਸਦੀਆਂ ਬਾਅਦ ਕਿਸੇ ਕਲਾਕਾਰ ਦੀ ਆਊਗੀ ਗੱਲ ਰਹਿ ਗਈ ਉਹਨਾਂ ਦੇ ਗੀਤ ਕਹਿੰਦੇ ਹੋ ਤੁਸੀਂ ਕਿਉਂਕਿ ਉਸ ਟਾਈਮ ਸਮਾਂ ਇਹੋ ਜਿਹਾ ਸੀ ਸਮੇਂ ਦੀ ਲੋੜ ਸੀ ਵੀਡੀਓ ਨਹੀਂ ਹੁੰਦੇ ਸੀਗੇ ਪਰ ਅੱਜ ਵੀ ਜੇਕਰ ਉਹਨਾਂ ਦਾ ਗੀਤ ਲਾ ਕੇ ਸੁਣਦੇ ਹਾਂ ਤੇ ਉਹਨਾਂ ਦੇ ਲਫ਼ਜ਼ਾਂ ਨੂੰ ਛੱਡੋ ਤੇ ਐਂ ਲੱਗਦਾ ਵੀ ਸ਼ਾਇਦ ਕੋਈ ਮੂਹਰੇ ਵੀਡੀਓ ਚੱਲਦੀ ਹੈ ਉਸ ਇਨਸਾਨ ਦੀ ਇੰਨੀ ਮਿਹਨਤ ਸੀ ਪਰ ਅਸੀਂ ਇਹ ਗੱਲ ਕਹਿੰਦੇ ਜੇਕਰ ਅੱਜ ਦਿਵਾਣਾ ਗਾਇਕੀ ਜਿਉਂਦੀ ਆ
ਤੇ ਸ਼ਾਇਦ ਹੋ ਸਕਦਾ ਉਹਨਾਂ ਕਲਾਕਾਰਾਂ ਕਰਕੇ ਜਾਓ। ਬਿਲਕੁਲ, ਜਦੋਂ ਆਪਾਂ ਪਹਿਲਾਂ ਵੀ ਗੱਲ ਕਹਿ ਕੇ ਗਈ ਆ ਗਾਣੇ ਦੇ ਵਿੱਚ ਕੌਣ ਚੜ੍ਹਾਈਆਂ ਜਰਦਾ, ਉਹਨਾਂ ਦਾ ਉਸ ਟਾਈਮ ਨਾਮ ਬਹੁਤ ਸੀ। ਜੇ ਮੈਂ ਤਾਂ ਛੋਟੀ ਸੀ, ਲੇਕਿਨ ਮੈਂ ਅੱਜ ਵੀ ਸੁਣਦੀ ਹਾਂ ਕਿ ਉਸ ਟਾਈਮ ਬਹੁਤ ਕਲਾਕਾਰਾਂ ਦੇ ਕੰਮ ਨੂੰ ਵੀ ਫਰਕ ਪਿਆ ਸੀ, ਕਿਉਂਕਿ ਇੰਨਾ ਜ਼ਿਆਦਾ ਨਾਮ ਸੀ ਉਹਨਾਂ ਦਾ। ਇੱਕ ਜਦੋਂ ਕੋਈ ਕਹਿੰਦੇ ਆ ਨਾ, ਵੱਟੇ ਉਸ ਰੁੱਖ ਪੈਂਦੇ ਨੇ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ, ਹਰੇਕ ਗੱਲ ਕਹਿਣੀ ਕਿ ਨਹੀਂ। ਪਰ ਅੱਜ ਕੱਲ੍ਹ ਜੋ ਚੱਲ ਰਿਹਾ, ਮੈਂ ਇਹ ਕਹਿ ਰਹੀ ਹਾਂ, ਕਿਉਂ ਨਹੀਂ ਬੋਲਦੇ ਉਹਨਾਂ ਤੇ? ਟੀਵੀ ਤੇ ਸਾਫ਼ ਦਿਖਾਇਆ ਜਾਂਦਾ, ਇੰਨੇ ਵੀਡੀਓ ਚੱਲਦੇ ਆ, ਗਲਤ ਵੀ ਬੋਲਿਆ ਜਾਂਦਾ ਆ, ਵੀਡੀਓ ਦੇ ਵਿੱਚ ਨੰਗੇਜ਼ ਪਾਨਾ ਜਿਹੜਾ ਸਭ ਕੁਛ ਆਉਂਦਾ, ਅੱਜ ਕਿਉਂ ਨਹੀਂ ਬੋਲ ਹੁੰਦਾ? ਕਿਉਂ? ਇਹ ਇੱਕ ਗੱਲ ਹੈ, ਹਮੇਸ਼ਾ ਦੋ ਅਰਥੀ ਕਈ ਲੈ ਜਾਂਦੇ ਨੇ ਪੰਜਾਬੀ ਦੇ, ਹਮੇਸ਼ਾ ਗੱਲ ਨੂੰ ਦੋ ਅਰਥੀ 'ਚ ਲੈ ਜਾਂਦੇ। ਕਿਤੇ ਨਾ ਕਿਤੇ ਸੀ ਉਸ ਟਾਈਮ, ਉਹ ਇਕੱਲੇ ਨਹੀਂ ਸੀ ਇੱਦਾਂ ਦਾ ਗਾਉਂਦੇ, ਹੋਰ ਵੀ ਸੀ, ਲੇਕਿਨ ਹਾਂ ਉਹਨਾਂ ਦੇ ਹਿੱਸੇ ਇਕੱਲਿਆਂ ਦੇ ਗੱਲ ਆ ਗਈ ਕਿ ਇਹੀ ਸ਼ਾਇਦ ਇੱਦਾਂ ਦਾ ਗਾਉਂਦੇ ਸੀ। ਨਹੀਂ, ਉਸ ਟਾਈਮ ਹੋਰ ਵੀ ਸੀ। ਯਾਦ ਨੂੰ ਯਾਦ ਕਰਦੇ ਹਾਂ, ਸਮਰਪਿਤ ਗੀਤ ਕਰ ਲੱਗੇ ਹਾਂ ਕਿ ਜੋਰ ਗਰੀਬਾਂ ਦਾ ਮਾਰੀ ਝਟਕ ਸੋਹਣਿਆ ਮੁੜ ਕੇ ਉਹਦੀਆਂ ਦੋ ਲੈਣਾਂ। ਜੀ ਬਿਲਕੁਲ, ਉਹਨਾਂ ਦੇ ਨਾਂ ਤੇ। ਮੈਨੂੰ ਇਹ ਮੈਨੂੰ ਇਹ ਵੀ ਮਾਣ ਆ ਕਿ ਮੈਂ ਉੱਥੇ ਹੀ ਰਹਿੰਦੀ ਹਾਂ ਜਿੱਥੇ ਚਮਕੀਲਾ ਜਿਹੜਾ। ਬਿਲਕੁਲ ਬਿਲਕੁਲ, ਨੇੜੀ ਘਰ ਆ ਉਹਨਾਂ ਦਾ, ਤੇ ਮੈਨੂੰ ਇਹ ਵੀ ਬਹੁਤ ਜ਼ਿਆਦਾ ਮਾਣ ਆ, ਮੈਂ ਫਕਰ ਮਹਿਸੂਸ ਕਰਦੀ ਹਾਂ ਕਿ ਮੈਂ ਉੱਥੇ ਰਹਿ ਰਹੀ ਹਾਂ ਅੱਜ। ਬਹੁਤ ਨਾਈਸ। ਕੀ ਜ਼ੋਹਰ ਗਰੀਬਾਂ ਦਾ ਮਾਰ ਝਿੜਕ ਸੋਹਣਿਆ ਮੁੜ ਗਏ, ਸਾਡੀ ਕੱਖਾਂ ਦੀ ਕੁੜੀ ਤੇਰੇ ਹੱਥ ਵੱਡਿਆਂ ਕਰਾਹ ਨਾਲ ਜੁੜ ਗਏ, ਤਾਰ ਫਿਰ ਗਏ ਸੀਨੇ ਵੇ, ਤਾਰ ਫਿਰ ਗਏ ਸੀਨੇ ਵੇ, ਤੇ ਗੱਲ ਹੱਸਦਿਆਂ ਹੱਸਦਿਆਂ ਕਹੀ, ਸੋਹਣਿਆ ਵਿਆਹ ਕਰਵਾ ਕੇ ਸਾਨੂੰ ਮਿਲਦਾ ਗਿਲਦਾ ਹਰੀ, ਹੈ ਵਿਆਹ ਕਰਵਾ ਕੇ ਵੇ ਮਿਲਦਾ ਗਿਲਦਾ ਹਰੀ, ਹਾਏ ਦੋ ਦਿਲ ਤਾਂ ਜੁੜ ਗਏ ਨੀ ਸੋਹਣੀਏ ਨਾ ਜੁੜੀਆਂ ਤਕਦੀਰਾਂ, ਲੱਖਾਂ ਰਾਂਝੇ ਤੁਰ ਗਏ ਨੀ ਇੱਥੇ ਰਹਿਣ ਬਿਲਕਦੀਆਂ ਹੀਰਾਂ, ਸੁਣ ਬਖਸ਼ਣ ਹਾਰੀਏ ਨੀ, ਸੁਣ ਬਖਸ਼ਣ ਹਾਰੀਏ ਨੀ, ਨੀ ਸੌ ਤੇਰਾ ਟੈਗੀ ਤੇਰੀ, ਉਹ ਜਦੋਂ ਪਹਿਲੀ ਲਾਮ ਪੜੀ ਨੀ ਭੁੱਬ ਨਿਕਲ ਗਈ ਮੇਰੀ, ਜਦੋਂ ਪਹਿਲੀ ਲਾਮ ਪੜੀ ਨੀ ਭੁੱਬ ਨਿਕਲ ਗਈ ਮੇਰੀ। I have no words. ਇੰਨਾ ਵਧੀਆ, ਬਹੁਤ ਬੁਲੰਦ ਆਵਾਜ਼ ਹੈ ਤੁਹਾਡੀ, ਬਹੁਤ ਸੋਹਣਾ। ਯੈਸ, ਸੋ ਜਿਹੜੇ ਇਹ ਆਪਾਂ ਗੱਲ ਕਰਦੇ ਹਾਂ ਜਿਹੜੇ ਹੁਣ ਲੀਰਿਕਸ ਆ, ਇਹਦੇ ਵਿੱਚ ਜਿਹੜੇ ਗੀਤ ਲਿਖਦੇ ਆ ਜਾਂ ਜਿਹੜੇ ਗੀਤ ਗਾਉਂਦੇ ਆ, ਕੀ ਇਹਨਾਂ ਦੇ ਵਿੱਚ ਤੁਹਾਡਾ ਕੀ ਲੱਗਦਾ ਕਿ ਇਹਦਾ ਯੋਗਦਾਨ ਜ਼ਿਆਦਾ ਹੈ ਜਿਹੜੇ ਇਹੋ ਜਿਹੇ ਗੀਤ ਮੋਹਰੇ ਲਿਖੇ ਆਉਂਦੇ ਆ? ਦੇਖੋ ਜੀ, ਗੀਤ ਇਹ ਆ ਵੀ ਇੱਕ ਦੌੜ ਜ਼ਰੂਰ ਲੱਗੀ ਹੋਈ ਆ, ਅਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪਰਮਾਤਮਾ ਜਦੋਂ ਈਰਖਾ ਇਨਸਾਨ 'ਚੋਂ ਕੱਢ ਦੇਵੇ ਤਾਂ ਸਮਝੋ ਵੀ ਤਰੱਕੀ ਦੇ ਰਾਹ 'ਤੇ ਪੈ ਗਿਆ। ਇਹ ਮੈਂ ਸੱਚਾਈ ਕਹਿਣਾ ਕਿ ਮੈਨੂੰ ਹੁਣ ਇਹ ਲੱਗਦਾ ਵੀ ਜੇਕਰ ਮੈਂ ਕਿਸੇ ਦੇ ਕੰਮ ਆ ਸਕਦਾ, ਜੇ ਮੈਨੂੰ ਅੱਧੀ ਰਾਤ ਕਹੋ ਮੇਰੇ ਮਤਲਬ ਸੰਗੀਤ ਬਾਰੇ, ਮੈਂ ਜਿੰਨਾ ਵੀ ਕਰਨ ਯੋਗ ਹੈਗਾ ਮੈਂ ਨਾਲ ਖੜਾਂ ਜੀ। ਪਰ ਇਹ ਆ ਵੀ ਬੱਚੇ ਵੀ ਕੀ ਕਰਨ, ਜਿਹੜੇ ਨਵੇਂ ਸਾਡੇ ਆਰਟਿਸਟ ਨੇ, ਖਰਚੇ ਬਹੁਤ ਨੇ, ਤੁਸੀਂ ਆਪ ਜਾਣੀ ਜਾਣੋ। ਹੁਣ ਬੰਦਾ 30-40 ਲੱਖ ਰੁਪਇਆ ਲਾਉਂਦਾ ਇੱਕ ਗੀਤ 'ਤੇ ਲਾਉਂਦਾ, ਜੇਕਰ ਉਹ ਗੀਤ ਦੇਖਦਾ ਵੀ ਮੈਂ ਉਹ ਗਾਵਾਂ ਵੀ ਮੈਂ ਬਹੁਤਾ ਜਿਹਨੂੰ ਕਹਿੰਦੇ ਸਮਾਜਿਕ ਗੀਤ ਗਾਵਾਂ, ਜੇ ਲੋਕ ਕਈ ਵਾਰ ਨਹੀਂ ਪਸੰਦ ਕਰਦੇ ਫਿਰ ਰਾਤੋਂ ਰਾਤ ਉਹਨੂੰ ਇਹ ਲੱਗਦਾ ਵੀ ਯਾਰ ਮੈਂ ਗਾਹਾਂ ਕੀ ਬਣੂੰਗਾ, ਉਹ ਡਰਦੇ ਮਾਰੇ ਕਈ ਵਾਰ ਆਪਣੇ ਨਾਲ ਸਮਝੌਤਾ ਹੀ ਕਰ ਲੈਂਦੇ, ਕੋਈ ਕਹਿੰਦਾ ਯਾਰ ਆਹ ਗੀਤ ਗਾ ਤੇਰੇ 'ਤੇ 20 ਲੱਖ ਰੁਪਇਆ ਮੈਂ ਲਾਊਂ, ਉੱਥੇ ਫਿਰ ਉਹਨਾਂ ਨੂੰ ਕਈ ਵਾਰ ਕੰਪਰੋਮਾਈਜ਼ ਇਸ ਕਰਕੇ ਵੀ ਕਰਨਾ ਪੈਂਦਾ ਵੀ ਸ਼ਾਇਦ ਮੇਰਾ ਕੰਮ ਬਣ ਜਾਵੇ। ਸੋ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਜੇਕਰ ਤੁਸੀਂ ਮਿਹਨਤ ਕਰੋਗੇ ਤੇ ਤਰੱਕੀ ਇੱਕ ਦਿਨ ਤੁਹਾਡੇ ਜ਼ਰੂਰ ਤੁਹਾਨੂੰ ਮਿਲੂਗੀ, ਪਰ ਇਹ ਆ ਵੀ ਉਹ ਗਾਓ ਕਿ ਜਦ ਤੁਸੀਂ ਸਟਾਰ ਵੀ ਬਣ ਜਾਵੋ ਤੇ ਲੋਕ ਤੁਹਾਨੂੰ ਉਂਗਲਾਂ ਚੱਕਣ ਵੀ ਯਾਰ ਤੂੰ ਉਹ ਵੀ ਗੀਤ ਗਾਉਂਦਾ ਹੁੰਦਾ ਸੀ, ਇਸ ਕਰਕੇ ਪਹਿਲੇ ਆਪਦੀ ਨੀਂਹ ਮਜ਼ਬੂਤ ਰੱਖੋ। ਇਹਦੇ ਵਿੱਚ ਇੱਕ ਗੱਲ ਇਹ ਵੀ ਹੈ
ਅੱਜ ਅਸੀਂ ਚਾਹੇ ਜੋ ਵੀ ਇਹਨਾਂ ਸਰੋਤਿਆਂ ਦੀ ਬਦੌਲਤਾਂ, ਲੇਕਿਨ ਥੋੜ੍ਹਾ ਜਿਹਾ ਯੋਗਦਾਨ ਇਹਨਾਂ ਦਾ ਵੀ ਹੈ, ਕਿਉਂਕਿ ਇਹ ਜੋ ਸੁਣਦੇ ਆ ਇਹਨਾਂ ਚਾਹੀਦਾ ਆ ਕਿ ਇਹ ਉਸ ਚੀਜ਼ ਨੂੰ ਹੀ ਜਾਣੀ ਕਿ ਪਸੰਦ ਕਰਨ ਜਿਹੜੀ ਕਿ ਸਮਾਜ ਦੇ ਵਿੱਚ ਕੋਈ ਸਹੀ ਕੰਮ ਕਰ ਰਹੀ ਆ। ਅਗਰ ਇਹ ਵੀ ਪਸੰਦ ਕਰਦੇ ਆ ਤਾਂ ਜਿਹੜੇ ਸਾਡੀ ਹੋਰ ਨਿਊ ਸਾਡੇ ਆ ਰਹੇ ਆ, ਨਵੀਂ ਪੀੜ੍ਹੀ ਆ ਰਹੀ ਆ ਇਸ ਲਾਈਨ ਦੇ ਵਿੱਚ, ਅਤੇ ਉਹਨੂੰ ਇਹੀ ਦੇਖ ਕੇ ਤਾਂ ਉਹਦਾ ਇਹ ਗਾਣਾ ਚੱਲਿਆ, ਮੈਂ ਵੀ ਕੁਛ ਇੱਦਾਂ ਦਾ ਕਰਾਂ, ਕੁਛ ਉੱਧੂ ਉੱਪਰ ਕਰਾਂ। ਲੇਕਿਨ ਮੇਰੀ ਤੁਹਾਡੇ ਅੱਗੇ ਵੀ ਹੱਥ ਬੰਨ੍ਹ ਕੇ ਇਹੀ ਬੇਨਤੀ ਆ ਕਿ ਉਸ ਚੀਜ਼ ਨੂੰ ਬੜਾਵਾ ਦਿਉ ਜਿਹੜੀ ਸਾਡੇ ਸਮਾਜ ਨੂੰ, ਕਿਉਂਕਿ ਅੱਜ ਬਹੁਤ ਲੋੜ ਆ। ਅੱਜ ਪੰਜਾਬ 'ਚ ਨਹੀਂ, ਹਰ ਇੰਡੀਆ 'ਚ ਇੰਨਾ ਕੁ ਜ਼ਿਆਦਾ ਕ੍ਰਾਈਮ ਹੋ ਚੁੱਕਿਆ ਹੋਇਆ ਆ, ਚਾਹੇ ਉਹ ਨਸ਼ਿਆਂ ਨੂੰ ਤੁਸੀਂ ਲੈ ਲਓ, ਜਿੱਧਰ ਨੂੰ ਮਰਜ਼ੀ ਲੈ ਲਓ, ਕਿਉਂਕਿ ਇਹ ਚੀਜ਼ਾਂ ਨੂੰ ਜੇ ਆਪਾਂ ਪਸੰਦ ਕਰਕੇ ਇਹਨਾਂ ਨੂੰ ਡੀਜ਼ਿਆਂ 'ਤੇ ਲਾ ਕੇ, ਠਾਹ ਠਾਹ ਵਾਲੀਆਂ ਚੀਜ਼ਾਂ ਹੋ ਗਈਆਂ ਜਾਂ ਜਿੱਦਾਂ ਬੰਦੂਕਾਂ ਵਾਲੀਆਂ, ਪਰ ਜੇ ਅਸੀਂ ਇਸ ਚੀਜ਼ ਨੂੰ ਘਟਾਵਾਂਗੇ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਸਾਡੇ ਸਮਾਜ 'ਚ ਜਿਹੜਾ ਅੱਜ ਇੰਨਾ ਜ਼ਿਆਦਾ ਕ੍ਰਾਈਮ ਵੱਧ ਚੁੱਕਿਆ ਉਹਨੂੰ ਵੀ ਥੋੜ੍ਹਾ ਫਰਕ ਪਊਗਾ। ਥੋੜ੍ਹਾ ਸਰੋਤਿਆਂ ਨੂੰ ਵੀ ਚਾਹੀਦਾ ਆ ਕਿ ਇਸ ਚੀਜ਼ 'ਤੇ ਕੰਟਰੋਲ ਕਰੇ, ਕਿਉਂਕਿ ਕਲਾਕਾਰ ਦੀ ਕਹੀ ਗੱਲ ਲੋਕ ਸੁਣਦੇ ਆ। ਬਿਲਕੁਲ, ਮੈਂ ਇਹ ਗੱਲ ਕਹਿਣਾ ਵੀ ਕਲਾਕਾਰਾਂ ਨੂੰ ਵੀ ਇੱਕ ਬੇਨਤੀ ਵੀ ਹੈ, ਮੈਂ ਮੈਸੇਜ ਨਹੀਂ ਦੇ ਸਕਦਾ ਵੀ ਜੇਕਰ ਆਪਾਂ ਵੀ ਉਪਰਾਲਾ ਕਰੀਏ ਵੀ ਆ ਨਸ਼ੇ ਨੁਸ਼ੇ ਜਾਂ ਮੰਨ ਲਓ ਜਿਹੜੀਆਂ ਬੁਰੀਆਂ ਆਦਤਾਂ ਨੇ, ਜੇਕਰ ਗੀਤਾਂ ਵਿੱਚ ਇਹ ਦਰਸਾਇਆ ਜਾਵੇ ਨਾ, ਸ਼ਾਇਦ ਹੋ ਸਕਦਾ ਲੋਕ ਬਹੁਤ ਛੇਤੀ ਇਹਨਾਂ ਨੂੰ ਗ੍ਰਹਿਣ ਕਰਨਗੇ। ਇਸ ਕਰਕੇ ਵੀਰੋ ਡਟ ਕੇ ਆਪਾਂ ਵੀ ਇਹਦਾ ਥੋੜਾ ਟਾਈਮ ਲੱਗ ਸਕਦਾ ਜੀ, ਕਿਉਂਕਿ ਹਮੇਸ਼ਾ ਕਿਸੇ ਵੀ ਚੰਗੀ ਚੀਜ਼ ਨੂੰ ਟਾਈਮ ਲੱਗਦਾ, ਕਿ ਰਾਤੋਂ ਰਾਤ ਜਿਹੜਾ ਸਟਾਰ ਬਣਦਾ ਫੇਮ ਦਾ ਯਾ, ਮੈਨੂੰ ਤੇ ਆਤਮਾ ਜੀ ਨੂੰ 14 ਸਾਲ 15 ਸਾਲ ਹੋ ਚੱਲੇ ਆ, ਸਾਨੂੰ ਇਸ ਇੱਕਦਮ ਨਹੀਂ, ਸਾਨੂੰ ਕਹਿੰਦੇ ਸੀ ਤੁਹਾਡੇ ਗਾਣੇ ਨੇ ਤੁਸੀਂ ਬਹੁਤ ਇੰਨੇ ਜੀ ਹਾਸੇ ਦੀ ਗੱਲ ਆ ਜਿਹੜੇ ਮੰਨੋ, ਲੇਕਿਨ ਅੱਜ ਜਦ ਸਾਨੂੰ ਪਿਆਰ ਮਿਲਿਆ ਤਾਂ ਬਹੁਤ ਮਿਲਿਆ। ਜੇ ਸਟਾਰ ਕਲਾਕਾਰ ਸਾਨੂੰ ਪਤਾ ਕਹਿੰਦੇ ਹੁੰਦੇ ਤੁਸੀਂ ਤਾਂ ਯਾਰ ਵੀ ਉਹ ਪਿੰਡਾਂ ਵਾਲੇ ਕਬੀਲਦਾਰਾਂ ਵਾਲੇ ਗੀਤ ਗਾਉਂਦੇ ਹੋ, ਕੀ ਰਹਿ ਜਾਈਏ ਤੁਹਾਡੇ ਵਾਲੇ ਦੇਸੀ ਗਾਣੇ ਹੁੰਦੇ। ਜੀ ਜੀ ਜੀ, ਅਤੇ ਹੁਣ ਆਪਾਂ ਗੱਲ ਕਰਦੇ ਹਾਂ ਆਬਵੀਅਸਲੀ ਆ ਜਿਹੜੇ ਹੁਣ ਸਟਾਰਸ ਆਪਾਂ ਕਹਿੰਦੇ ਵੀ ਜਿਹੜੇ ਯੰਗ ਜਨਰੇਸ਼ਨ ਆ, ਫੇਮ ਜਿਹੜੀ ਲੱਭਦੇ ਰਾਤੋਂ ਰਾਤ ਅਸੀਂ ਸਟਾਰ ਬਣ ਜਾਈਏ, ਇੰਟਰਨੈਟ ਤਾਂ ਕਾਫੀ ਕਰੇਜ਼ ਆ, ਯੂਟਿਊਬ 'ਤੇ ਵੀਡੀਓ ਪੈਂਦੀਆਂ ਆ, ਮੈਨੂੰ ਤੁਹਾਡੀ ਇੱਕ ਗੱਲ ਬਹੁਤ ਵਧੀਆ ਲੱਗੀ ਜਿਹੜੀ ਤੁਹਾਡੇ 'ਚ ਸਿੰਪਲਿਸਿਟੀ ਆ। ਆਪਾਂ ਆਪਣੇ ਸ਼ੋਅ ਤੋਂ ਪਹਿਲਾਂ ਇੱਕ ਫੇਸਬੁੱਕ ਲਾਈਵ ਵੀਡੀਓ ਕੀਤੀ ਅਤੇ ਤੁਸੀਂ ਕਹਿੰਦੇ ਕਿਵੇਂ ਬਣਾਈ ਦੀ ਆ, ਅਤੇ ਮੈਨੂੰ ਦੱਸੋ ਇਹ ਗੱਲ। ਦੇਖੋ ਜੀ, ਮੈਂ ਖੁਦ ਕਹਿੰਦਾ ਹਾਂ ਹਾਂ, ਤੁਸੀਂ ਕਸਮ ਖਲਾ ਸਕਦੇ ਇਸ ਗੱਲ ਜੀ, ਬਿਲਕੁਲ ਅੱਜ ਤੱਕ ਆਹ ਕੰਮ ਨਹੀਂ ਹੋਇਆ ਜਿਹੜਾ ਤੁਸੀਂ ਕੀਤਾ। ਆ ਜਿਹੜਾ ਤੁਸੀਂ ਕਹਿੰਦੇ ਮੈਂ ਨਾਲ ਫੋਟੋ ਦੇਖਦੀ ਆ ਲੋਕਾਂ ਦੇ, ਨਹੀਂ ਸਾਨੂੰ ਨਹੀਂ ਗੱਲ, ਮੇਰੇ ਕੋਲ ਫੋਨ ਆ ਉੱਥੇ ਮੇਰਾ ਪੰਜਾਬ 'ਚ ਰੱਖਿਆ ਹੋਇਆ, ਉਹ ਮੈਂ ਲਿਆ ਸੀ 1300 ਦਾ। ਮੈਂ ਕਿਤੇ ਨੂੰ ਕਿਤੇ ਖਰਾਬ ਹੋ ਗਿਆ, ਮੈਂ ਉਹਨੂੰ ਮੈਂ ਕਿਹਾ ਚੱਲ ਵੇਚ ਕੇ ਮੈਨੂੰ ਨਵਾਂ ਵੀ ਦੇ ਦੇ ਹੋਰ, ਉਹ ਕਹਿੰਦਾ 200 ਜੇ ਰੱਖ ਲੈਣਾ ਤੁਹਾਨੂੰ ਨਵਾਂ ਦੇਣਾ, ਕਹਿਣ ਦਾ ਮਤਲਬ ਵੀ ਔਨ ਆਫ ਤੱਕ ਮਤਲਬ ਆ। ਤੇ ਫੋਟੋ ਇਹਨੂੰ ਸ਼ੌਕ ਜ਼ਰੂਰ ਹੈਗਾ, ਚਲੋ ਜਿਵੇਂ ਕਹਿੰਦੇ ਵੀ ਪਰਮਾਤਮਾ ਚੜ੍ਹਦੀਆਂ ਕਲਾਂ ਰੱਖੇ, ਬਹਾਨੇ ਨਾ ਬਹਾਨਾ ਇਹਦਾ ਵੀ ਕੰਮ ਹੈ ਵੀ ਸਾਰਨ ਲੱਗੇ। ਬਹੁਤ ਵਧੀਆ ਜਿਹੜੀ ਤੁਹਾਡੀ ਸਿੰਪਲਿਸਿਟੀ, ਆਈ ਥਿੰਕ ਇਹ ਤੁਹਾਡੇ ਜਿਹੜੇ ਫੈਨਸ ਨੂੰ ਨਾਲ ਜੋੜਦੀ ਆ। ਆਪਾਂ ਹੁਣ ਗੱਲ ਕਰਦੇ ਹਾਂ ਜਿਹੜੇ ਤੁਹਾਡੀ ਗਾਇਕੀ ਦੀ ਆ, ਤੁਹਾਡੇ ਗੀਤ ਕੌਣ ਜ਼ਿਆਦਾ ਲਿਖਦਾ ਆ? ਇਹ ਜੀ ਗੀਤ ਆਤਮਾ ਸਿੰਘ ਬੁੱਢੜੀ ਲਿਖਦਾ। ਅੱਛਾ, ਸੋ ਜਿੰਨੇ ਵੀ ਤੁਸੀਂ ਗਾਉਂਦੇ ਸਾਰੇ ਤੁਸੀਂ ਸਾਰੇ ਹੁੰਦੇ ਆ, ਤੇ ਬਾਕੀ ਇੱਕ ਗੱਲ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉਸ ਚੀਜ਼ ਨੂੰ ਓਹਲੇ ਰੱਖਾਂ। ਤੇ 90 ਦੇ ਵਿੱਚ ਮੈਂ ਪਹਿਲੀ ਰਿਕਾਰਡਿੰਗ ਕਰਾਈ ਸੀ ਜੀ, ਤੇ 84 'ਚ ਮੇਰਾ ਗੀਤ ਲਿਖਿਆ ਏ, ਤੇ 84 ਤੋਂ ਪਹਿਲਾਂ ਵੀ ਮੈਂ ਸੰਘਰਸ਼ ਦੇ ਵਿੱਚ ਸੀ ਵੀ ਸ਼ਾਇਦ ਪਤਾ ਨਹੀਂ ਕੀ ਸੀ ਉਹ, ਜਾਂ ਕਿਤੇ ਮਾਂ ਨੇ ਮੈਨੂੰ ਲੱਗਦਾ ਗੁੜਤੀ ਦੇਣ ਲੱਗੀ ਨੇ ਕਿਤੇ ਗੀਤ ਗਾਤਾ, ਸ਼ਾਇਦ ਉਹਦਾ ਅਸਰ ਹੋ ਗਿਆ ਮੈਂ। ਤੇ ਐਸ ਅਸ਼ੋਕ ਭਾਰਾ ਸਾਹਿਬ ਦਾ ਮੈਂ ਚੇਚੇ ਤੌਰ 'ਤੇ ਧੰਨਵਾਦੀ ਹਾਂ, ਅਤੇ ਉਹਨਾਂ ਦੇ ਮੈਂ ਗੀਤ ਵੀ ਰਿਕਾਰਡ ਕਰਾਇਆ। ਪਰ ਜਿੱਥੇ ਮੈਨੂੰ ਕਿਤੇ ਸੇਧ ਦੀ ਲੋੜ ਪਈ ਆ, ਕਿਤੇ ਮੈਨੂੰ ਕੋਈ ਫੈਸਲਾ ਲੈਣ ਦੀ ਲੋੜ ਪਈ ਆ, ਤਾਂ ਉਸ ਇਨਸਾਨ ਨਾਲ ਮੈਂ ਜ਼ਰੂਰ ਗੱਲ ਸਾਂਝੀ ਕੀਤੀ ਆ। ਪਰ ਮੈਂ ਉਹਨਾਂ ਦਾ ਲਿਖਿਆ ਗੀਤ ਮੈਂ ਤੁਹਾਨੂੰ ਜ਼ਰੂਰ ਸੁਣਾ ਰਿਹਾ। ਹਾਂਜੀ, ਜਿਵੇਂ ਕਹਿੰਦੇ ਇੱਕ ਹੋਰ ਵੀ ਨਾਲ ਲੱਗਦੀ ਗੱਲ ਆ ਵੀ ਜਦੋਂ ਅਸੀਂ ਮੇਲਿਆਂ 'ਤੇ ਜਾਂਦੇ ਹਾਂ ਉੱਥੇ ਸਾਡੇ ਗੀਤ ਹੋਰ ਹੁੰਦੇ ਆ, ਅਤੇ ਜਦੋਂ ਅਸੀਂ ਟੂਰਨਾਮੈਂਟ 'ਤੇ ਜਾਂਦੇ ਹਾਂ ਅਤੇ ਉੱਥੇ ਸਾਡੇ ਗੀਤ ਹੋਰ ਹੁੰਦੇ ਆ, ਅਤੇ ਜਦੋਂ ਅਸੀਂ
ਕਿਤੇ ਬਾਰਡੇ ਦੇ ਪ੍ਰੋਗਰਾਮ ਤੇ ਜਾਂਦੇ ਹਾਂ ਉੱਥੇ ਸਾਡੇ ਇੱਕ ਹੋਰ ਨਗਦੀ ਗੱਲ ਇਹ ਹੈ ਵੀ ਤੁਸੀਂ ਹੱਸਿਓ ਘੱਟ ਭਾਈ, ਇਹ ਗੱਲ ਸੱਚ ਆ ਵੀ ਜਿਹੜੇ ਬਾਬਾ ਜੀ ਕਹਿਣ ਮਤਲਬ ਦੁਨੀਆ ਬਜ਼ੁਰਗ ਜਿਹਨੂੰ ਆਪਾਂ ਕਹਿੰਦੇ ਹਾਂ ਇਹ ਦੁਨੀਆਂ ਤੋਂ ਤੁਰ ਜਾਂਦੇ ਨੇ, ਉਹ ਕਈ ਵਾਰ ਆਖਰੀ ਸ਼ਹਿ ਕਹਿ ਕੇ ਜਾਂਦੇ ਆ ਵੀ ਯਾਰ ਮੇਰੇ ਭੋਗ ਤੋਂ ਬਾਅਦ ਆਤਮੇ ਬੁੱਢੇ ਵਾਲੇ ਤੇ ਅਮਨ ਰੋਜੀ ਦਾ ਅਖਾੜਾ ਲਵਾਇਓ, ਇਹ ਗੱਲ ਪੱਕੀ ਆ। ਇਹ ਮੈਂ ਪ੍ਰੋਗਰਾਮ ਲਾਇਆ ਸੀ ਰਾਜਸਥਾਨ ਦੇ ਵਿੱਚ, ਉਹਦੀ ਕੋਈ ਮੈਂ ਮੂਵੀ ਵੀ ਸਾਂਭ ਕੇ ਰੱਖੀ ਹੋਈ ਆ ਵੀ ਸਾਡੇ ਬਾਪੂ ਜੀ ਜਾਣ ਲੱਗੇ ਕਹਿ ਕੇ ਗਏ ਨੇ ਵੀ ਮੇਰੇ ਭੋਗ ਤੇ ਭਾਈ ਆਤਮਾ ਬੁੱਢੇ ਵਾਲੇ ਤੇ ਅਮਨ ਰੋਜੀ ਲਾਉਣੇ। ਸੋ ਇਸ ਕਰਕੇ ਗੱਲ ਇਹ ਉੱਥੇ ਗੀਤ ਸਾਡੇ ਹੋਰ ਸੀਗੇ, ਪਰ ਜਿਹੜੀਆਂ ਮਾਈਆਂ ਬੈਠੀਆਂ ਅਫਸੋਸ ਕਰਦੀਆਂ ਸੀ ਅੱਖਾਂ ਪੂੰਝਦੀਆਂ ਸੀ ਅੱਕਣ ਤੇ ਬਾਅਦ ਵਿੱਚ ਮੂਹਰੇ ਨੱਚਣ ਲੱਗ ਗਈਆਂ। ਅੱਛਾ ਮਗਾ ਦੱਸੋ ਹੁਣ ਕੀ ਕਰੀਏ ਗੱਲ ਨੂੰ, ਇਸ ਕਰਕੇ ਮਾਲਕ ਦੀ ਫੌਜ ਆ ਸੱਚੀ ਪੌਰਾ ਸਾਹਿਬ ਦੇ ਗੀਤ ਦੀਆਂ ਚਾਰ ਲਾਈਨਾਂ। ਹਾਂਜੀ ਜੀ। ਪੈਰਾਂ ਚ ਪੰਜੇਬਾਂ ਵੇਖ ਸ਼ੋਰ ਪਾਉਂਦੀਆਂ, ਮੇਰੇ ਨਾਲ ਜਾਪਦਾ ਏ ਗੀਤ ਗਾਉਂਦੀਆਂ, ਮਾਰੇ ਲਈ ਸ਼ਿਕਾਰ ਚੂੜਾ ਸ਼ਗਨਾਂ ਦਾ ਪੂਰਾ, ਮਾਰੇ ਲਈ ਸ਼ਿਕਾਰ ਚੂੜਾ ਸ਼ਗਨਾਂ ਦਾ ਪੂਰਾ, ਹੋਇਆ ਅੱਜ ਸੱਜਰਾ ਵਿਆਹ ਮਿੱਤਰਾ, ਨੱਚਣੇ ਨੂੰ ਮੇਰਾ ਬੜਾ, ਨੱਚਣੇ ਨੂੰ ਮੇਰਾ ਬੜਾ, ਨੱਚਣੇ ਨੂੰ ਮੇਰਾ ਬੜਾ ਚਿੱਤ ਕਰਦਾ ਵੇ, ਤੂੰ ਵੀ ਬੋਲੀ ਕੋਈ ਕਰਾਰ ਜਿਹੀ ਪਾ ਮਿੱਤਰਾ, ਨੱਚਣੇ ਨੂੰ ਮੇਰਾ ਬੜਾ ਚਿੱਤ ਕਰਦਾ ਵੇ, ਤੂੰ ਵੀ ਬੋਲੀ ਕੋਈ ਕਰਾਰ ਜਿਹੀ ਪਾ ਮਿੱਤਰਾ। ਉਹ ਵੱਡਾ ਵਾਈ ਦੇਖਦਾ ਅਸ਼ੋਕ ਪੌਰਾ ਖੜਕੇ, ਕੱਢੀ ਜਾਂਦਾ ਪੈਰ ਨੀਰ ਵਾਰ ਵਰ ਫੜਕੇ, ਨੀਰ ਵਾਰ ਵਰ ਫੜਕੇ, ਬੋਲੀ ਨਾਲ ਬੋਲੀ ਜੁੜੀ ਆਊਗੀ ਰਕਾਨੇ, ਬੋਲੀ ਨਾਲ ਬੋਲੀ ਜੁੜੀ ਆਊਗੀ ਰਕਾਨੇ, ਜਿਵੇਂ ਡੱਬੇ ਨਾਲ ਡੱਬਾ ਜੋੜੇ ਜਾਂਦਾ ਰੇਲ ਦਾ, ਗਿੱਧੇ ਚ ਤਮਾਲਾਂ ਪਾ ਦੇ ਜਾਨੇ ਮੇਰੀ ਇਹ ਨੀ ਜੱਟ ਗੁੱਤ ਦੇ ਪਰਾਂ ਦੇ ਵਾਂਗੂ ਆਊ ਮੇਲਦਾ, ਗਿੱਧੇ ਚ ਤਮਾਲਾਂ ਪਾ ਦੇ ਜਾਨੇ ਮੇਰੀ ਇਹ ਨੀ ਜੱਟ ਗੁੱਤ ਦੇ ਪਰਾਂ ਦੇ ਵਾਂਗੂ ਆਊ ਮੇਲਦਾ। ਹਾਏ ਹਾਏ ਕਿੰਨਾ ਵਧੀਆ ਗੀਤ। ਮੈਨੂੰ ਹੈ ਨਾ ਇੱਕ ਗੱਲ ਤੁਸੀਂ ਦੱਸੋ ਵੀ ਕਿੰਨੇ ਸਾਲ ਹੋ ਗਏ ਤੁਹਾਨੂੰ ਹੈ ਨਾ ਇਕੱਠਿਆਂ ਨੂੰ ਗਾਉਂਦਿਆਂ ਨੂੰ, ਤੁਹਾਡੀ ਜੋੜੀ ਫਿਰ ਵੀ ਉੱਦਾਂ ਹੀ ਫੱਬਦੀ ਜਿੱਦਾਂ ਪਹਿਲੀ ਵਾਰੀ ਜਦੋਂ ਤੁਸੀਂ ਤੁਹਾਡੀ ਡੂਇਟ ਆ, ਅਤੇ ਇਹਦੇ ਪਿੱਛੇ ਰਾਜ਼ ਕੀ ਹੈ ਵੀ ਜਿਹੜੇ ਤੁਸੀਂ ਇਕੱਠੇ ਇੰਨੇ ਲੰਬੇ ਸਮਾਂ ਦੇ ਇਕੱਠੇ ਤੁਸੀਂ ਗਾਉਂਦੇ ਆ? ਕੁਝ ਗੱਲ ਇਹ ਆ ਪਿਆਰ ਦੇ ਵਿੱਚ ਨੋਕ ਝੋਕ ਹੋਣੀ ਬਹੁਤ ਜ਼ਰੂਰੀ। ਪਿਆਰ ਦੇ ਕਈ ਰੂਪ ਨੇ ਜੀ, ਮਾਂ ਤੇ ਪੁੱਤ ਦਾ ਪਿਆਰ ਆ, ਭੈਣ ਤੇ ਭਰਾ ਦਾ ਪਿਆਰ ਆ, ਪਤੀ ਦੇਵ ਤੇ ਪਤਨੀ ਦਾ ਪਿਆਰ ਆ, ਜੀ ਜੀ ਜੀ, ਪਰ ਜਿਹੜਾ ਆਹ ਪਿਆਰ ਆ ਇਹਨਾਂ ਰਿਸ਼ਤਿਆਂ ਦੇ ਉੱਤੇ ਇੱਕ ਹੋਰ ਪਿਆਰ ਆ, ਕਿਉਂਕਿ ਅਸੀਂ ਅਕਸਰ ਕੰਮ ਕਰਦੇ ਹਾਂ, ਜੇ ਅਸੀਂ ਇੱਕ ਦੂਜੇ ਦੀ ਨਹੀਂ ਮੰਨਾਂਗੇ, ਮੰਨਣ ਵਾਲੀ ਹੋਵੇ, ਕਈ ਵਾਰ ਅਸੀਂ ਧੱਕੇ ਨਾਲ ਮਨਾਉਣ ਲੱਗ ਜਾਂਦੇ ਹਾਂ। ਇਸ ਕਰਕੇ ਇਹ ਆ ਵੀ ਅਸੀਂ ਜਦੋਂ ਸਾਨੂੰ ਮਾੜਾ ਜਿਹਾ ਕਿਤੇ ਪਲੱਗ 'ਚ ਕਚਰਾ ਆਉਂਦਾ, ਅਸੀਂ ਆਪਸ ਵਿੱਚ ਬਹਿ ਕੇ ਸਮਝਾ ਲੈਂਦੇ ਹਾਂ ਵੀ ਇਹ ਗੱਲ ਨਿਕਲਣੀ ਹੋਣੀ ਚਾਹੀਦੀ। ਅੱਛਾ, ਬਿਲਕੁਲ, ਮੈਂ ਇੱਕ ਗੱਲ ਸਾਂਝੀ ਕਰਨੀ ਚਾਹੁੰਦੀ, ਉਹ ਨਿਭਣ ਦਾ ਕਾਰਨ ਇਹ ਆ ਵੀ ਅਸੀਂ ਇੱਕ ਦੂਜੇ ਨੂੰ ਬਹੁਤ ਨੇੜਿਓਂ ਸਮਝਦੇ ਹਾਂ ਵੀ ਕਿਤੇ ਸਾਨੂੰ ਮੂਹਰੇ ਪ੍ਰੋਬਲਮ ਆਉਣ ਵਾਲੀ ਆ ਤੇ ਉਹਨੂੰ ਅਸੀਂ ਬਹਿ ਕੇ ਪਹਿਲਾਂ ਹੀ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਵੀ ਨਾ ਆਵੇ। ਬਹੁਤ ਵਧੀਆ। ਵੱਡੀ ਗੱਲ ਉਹ ਸਰਕਾਰ ਪੁਰਖ ਵਾਹਿਗੁਰੂ ਦੀ, ਇੱਥੋਂ ਜਦੋਂ ਪਹਿਲੀ ਵਾਰ ਅਸੀਂ ਕੈਨੇਡਾ 'ਚ ਆਏ ਅਤੇ ਜਦੋਂ ਸਾਨੂੰ ਰਿਸੀਵ ਕਰਨ ਗਏ ਅਤੇ ਬੜਾ ਉਹਨੇ ਸਤਿਕਾਰ ਕੀਤਾ ਸਾਨੂੰ, ਜੋ ਵੀ ਕਰਕੇ ਕਹਿੰਦੇ ਬਾਈ ਜੀ ਮਿਹਨਤ ਬਹੁਤ ਕੀਤੀ ਆ, ਅਤੇ ਤੀਸਰਾ ਬੰਦਾ ਨਾਲ ਹੋਰ ਕਰਕੇ ਕਹਿੰਦਾ ਯਾਰ ਮਿਹਨਤ ਸਾਰੀ ਦੁਨੀਆ ਕਰਦੀ ਆ। ਅੱਛਾ। ਤੇ ਮੈਨੂੰ ਬੜਾ ਔਖਾ ਲੱਗਿਆ ਵੀ ਬਾਕੀ ਯਾਰ ਵੀ ਦੁਨੀਆ ਬਾਕੀ ਮਿਹਨਤ ਕਰਦੀ ਆ, ਰਿਕਸ਼ਾ ਰਿਕਸ਼ਾ ਚਲਾਉਂਦਾ ਜੀ, ਖੇਤੀ ਵਾਲਾ ਖੇਤੀ ਕਰਦਾ, ਰਾਜ ਮਿਸਤਰੀ ਇੱਟਾਂ ਲਾਉਂਦਾ, ਵੀ ਗੱਲ ਤਾਂ ਉਹਨੇ ਸਹੀ ਕਹੀ ਆ। ਤੇ ਜਦੋਂ ਉਹ ਬੰਦੇ ਨੇ ਮੈਨੂੰ ਮਤਲਬ ਦਿੱਤਾ ਪਿਆਰ ਦਿੱਤਾ ਤੇ ਕਹਿਣ ਲੱਗਾ ਆਤਮੇ ਯਾਰ ਤੈਨੂੰ ਤਕਲੀਫ ਹੋਈ ਹੋਣੀ, ਮੈਂ ਨਹੀਂ ਬਾਈ, ਕਹਿੰਦਾ ਮੈਂ ਤੇਰਾ ਮੂੰਹ ਦੇਖ ਲਿਆ। ਅੱਛਾ। ਵੀ ਤੂੰ ਉਹਨਾਂ ਨੇ ਕਿਹਾ ਵੀ ਆਤਮੇ ਤੋਂ ਬੜੀ ਮਿਹਨਤ ਕੀਤੀ ਆ ਤੇ ਮੈਂ ਕਿਹਾ ਵੀ ਦੁਨੀਆ ਮਿਹਨਤ ਕਰਦੀ ਆ, ਪਰ ਨਾ ਤੀਜੀ ਗੱਲ ਇੱਕ ਹੋਰ ਆ, ਜੇਕਰ ਮਿਹਨਤ ਕਰਨੀ ਹੈ, ਜੇਕਰ ਦਿਲ 'ਚ ਇਮਾਨਦਾਰੀ ਹੋਵੇ ਤਾਂ ਤਰੱਕੀ ਤਾਂ ਮਿਲਦੀ ਹੈ। ਇਸ ਕਰਕੇ ਉਹ ਕਹਿੰਦਾ ਤੁਸੀਂ ਇਮਾਨਦਾਰੀ ਨਾਲ ਕੰਮ ਕੀਤਾ ਤੇ ਤਾਂ ਅੱਜ ਤੁਸੀਂ ਇਹ ਤਰੱਕੀਆਂ ਲੈ ਰਹੇ ਹੋ, ਇਸ ਕਰਕੇ ਉਹਨਾਂ ਦਾ ਵੀ ਧੰਨਵਾਦ ਆ ਪ੍ਰਭੂ। ਇਹਨਾਂ ਦੀ ਇਮਾਨਦਾਰੀ 'ਤੇ ਮੈਂ ਗੱਲ ਕਰਦੀ ਪਈ ਸੀ, ਮੈਂ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ। ਇੱਕ ਟਾਈਮ ਇਹੋ ਜਿਹਾ ਆਇਆ ਸੀ ਸਾਡੇ ਬਹੁਤ ਹੀ ਸੁਰੀਲੀ
ਗਾਇਕਾ ਹੋਏ ਆ ਮਿਸ ਪੂਜਾ ਜੀ, ਉਹਨਾਂ ਦਾ ਦੌਰ ਬਹੁਤ ਵਧੀਆ, ਅੱਜ ਵੀ ਹੈ ਲੇਕਿਨ ਇੱਕ ਦੌਰ ਬਹੁਤ ਆਇਆ ਸੀ ਉਹਨਾਂ ਦਾ ਜੀ, ਉੱਥੇ ਇੱਕ ਟਾਈਮ ਇਹੋ ਜਿਹਾ ਆ ਗਿਆ ਕਿ ਕੰਪਨੀ ਵਾਲੇ ਕਹਿੰਦੇ ਆਤਮੇ ਪੂਜਾ ਨਾਲ ਕੈਸਟ ਕਰਾ ਲਾ, ਹਿੱਟ ਹੋ ਜਾਏਗਾ, ਛੱਡ ਪਰਾ ਰੋਜ਼ੀ ਨੂੰ। ਮੇਰੇ ਕੋਲ ਬਹੁਤ ਗੱਲਾਂ ਆਈਆਂ, ਮੈਂ ਸਾਇਲੈਂਟ ਸੀ ਕਿਉਂਕਿ ਮੈਨੂੰ ਇਹ ਸੀ, ਕਿਉਂਕਿ ਅਸੀਂ ਬਹੁਤ ਸਟਰਗਲ ਕੀਤਾ ਜੀ, ਮੈਨੂੰ ਇਹ ਸੀ ਕਿ ਇਹਨਾਂ ਦੇ ਮਨ 'ਚ ਨਾ ਆਵੇ ਜੇ ਮੈਂ ਕਹਾਂ ਨਹੀਂ ਤੂੰ ਨਹੀਂ ਇੱਦਾਂ ਕਰ, ਤੁਸੀਂ ਨਹੀਂ ਇੱਦਾਂ ਕਰ ਸਕਦੇ, ਅਤੇ ਮੈਂ ਇਹਨਾਂ ਨੂੰ ਕਿਹਾ ਇਹ ਤੁਹਾਡਾ ਡਿਸੀਜ਼ਨ ਆ, ਤੁਸੀਂ ਕੀ ਲੈਣਾ ਚਾਹੁੰਦੇ ਹੋ ਤੁਹਾਡਾ ਡਿਸੀਜ਼ਨ ਆ। ਅਤੇ ਬਟ ਇਹਨਾਂ ਨੇ ਇਹ ਕਿਹਾ, ਕਹਿੰਦੇ ਨਹੀਂ ਮੈਨੂੰ, ਮੈਂ ਨਹੀਂ ਹਿੱਟ ਹੁੰਦਾ, ਮੈਂ ਨਹੀਂ ਸਟਾਰ ਹੁੰਦਾ, ਲੇਕਿਨ ਮੈਂ ਜੇ ਕੈਸਿਟ ਕਰੂੰਗਾ ਕੁਛ ਵੀ ਗਾਊਂਗਾ ਤਾਂ ਰੋਜ਼ੀ ਨਾਲ ਹੀ ਗਾਊਂਗਾ। ਕੁਛ ਇਹ ਵੀ ਇਮਾਨਦਾਰੀਆਂ ਹੁੰਦੀਆਂ ਕਿ ਅਸੀਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਏ, ਲੋਇਲਟੀ ਸਾਨੂੰ, ਮੈਨੂੰ ਵੀ ਬਹੁਤ ਸਾਰੇ ਕਹਿੰਦੇ ਰਹੇ ਨੇ, ਅੱਜ ਵੀ ਕਈ ਕਹਿ ਦਿੰਦੇ ਨੇ ਤੂੰ ਕੀ ਹੈ ਜਾਂ ਕਿੱਦਾਂ, ਪਰ ਨਹੀਂ ਇਹ ਗੱਲ ਸਾਡੇ ਦੋਨਾਂ 'ਚ ਰਹੀ ਹੈ ਕਿ ਅਸੀਂ ਇੱਕ ਦੂਸਰੇ ਨਾਲ ਸ਼ੇਅਰ ਜ਼ਰੂਰ ਕਰਦੇ ਹਾਂ। ਉਸ ਟਾਈਮ ਇਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ ਕਿਉਂਕਿ ਉਹ ਦੌਰ ਉਹਨਾਂ ਦਾ ਸੀ, ਉਹ ਤਾਂ ਹੈ ਹੀ ਵਧੀਆ ਨੇ, ਸੁਰੀਲੇ ਨੇ, ਬਹੁਤ ਵਧੀਆ ਆਰਟਿਸਟ ਨੇ ਹਰ ਪਾਸਿਓਂ, ਲੇਕਿਨ ਉਹਨਾਂ ਦਾ ਦੌਰ ਸੀ ਉਸ ਟਾਈਮ, ਹਰ ਕੋਈ ਉਹਨਾਂ ਨਾਲ ਡਿਊਟ ਕਰਾਉਣਾ ਚਾਹੁੰਦਾ ਸੀ, ਔਰ ਕੰਪਨੀ ਦੀ ਇਹ ਸੀ ਅਸੀਂ ਤੇਰੇ 'ਤੇ ਤਾਂ ਪੈਸਾ ਲਾਉਂਦੇ ਹਾਂ ਤੂੰ ਪੂਜਾ ਨਾਲ ਕਰਾ, ਅਤੇ ਅਸੀਂ ਰੋਜ਼ੀ ਨੂੰ ਰਿਕਾਰਡ ਨਹੀਂ ਕਰ ਸਕਦੇ, ਲੇਕਿਨ ਨਹੀਂ ਥੈਂਕ ਯੂ ਇਹਨਾਂ ਨੇ ਉਦੋਂ ਮੇਰਾ ਸਾਥ ਦਿੱਤਾ। ਚਲੋ ਧੰਨਵਾਦ ਵਾਲੀ ਗੱਲ ਨਹੀਂ, ਪਰ ਮੇਰੇ ਇੱਕ ਮੇਰੀ ਬੈਲ ਪਾਵਰ ਕੰਮ ਕਰਦੀ ਸੀ ਉਸ ਟਾਈਮ, ਪਰਮਾਤਮਾ ਕਰੇ ਸਾਰਿਆਂ ਦੀ ਕਰੇ, ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਵੀ ਜੇਕਰ ਮੈਂ ਹਿੱਟ ਕਰਨਾ, ਮੈਂ ਹਿੱਟ ਹੋਣਾ ਤਾਂ ਮੈਂ ਅਮਨ ਰੋਜੀ ਨਾਲੇ ਹੋਣਾ, ਮੈਨੂੰ ਹੋਰ ਕੋਈ ਚੱਕਰ ਨਹੀਂ, ਮੈਂ ਮਿਹਨਤ ਕਰਦਾ, ਮੈਂ ਮਿਹਨਤ ਕਰਦਾ ਰਹੂੰਗਾ। ਪਰ ਇਹ ਆ ਵੀ ਉਹਨਾਂ ਦਾ ਵੀ ਧੰਨਵਾਦ ਜਿਹਨਾਂ ਨੇ ਸਾਨੂੰ ਜੇ ਉਹ ਗੱਲਾਂ ਕਹੀਆਂ ਤੇ ਤਾਂ ਸ਼ਾਇਦ ਸਾਡੇ 'ਚ ਅੱਜ ਹੋਰ ਹਿੰਮਤ ਹੋਈ ਆ ਵੀ ਅਸੀਂ ਕੰਮ ਕਰ ਰਹੇ ਹਾਂ। ਗੱਲਾਂ ਤਾਂ ਹੋਰ ਬਹੁਤ ਨੇ, ਕਹਿੰਦੇ ਕਹਿੰਦੇ ਕੁੜੀ ਦੀ ਆਵਾਜ਼ ਨਹੀਂ ਸਮਝ ਆਉਂਦੀ, ਅੱਜ ਬਾਈ ਜੇ ਤੁਹਾਨੂੰ ਸਮਝ ਆਉਂਦੀ ਆ ਤੁਹਾਡਾ ਧੰਨਵਾਦ। ਸੋ ਮੇਰਾ ਖਿਆਲ ਜਿਹੜਾ ਮੇਰਾ ਅਗਲਾ ਜਵਾਬ ਉਹਦਾ ਅਗਲਾ ਜਿਹੜਾ ਸਵਾਲ ਹੈ ਉਹਦਾ ਜਵਾਬ ਤੁਸੀਂ ਦੇ ਹੀ ਦਿੱਤਾ। ਮੈਂ ਇਹੀ ਪੁੱਛਣ ਲੱਗੀ ਸੀ ਵੀ ਕਦੀ ਤੁਸੀਂ ਸੋਚਿਆ ਵੀ ਸੋਲੋ ਵੀ ਤੁਸੀਂ ਗਾਓਗੇ? ਚਲ ਹੋਰ ਡੂਐਟ ਤਾਂ ਨਹੀਂ, ਪਰ ਜੇ ਤੁਸੀਂ ਆਪਣੀ ਕਦੀ ਕੋਈ ਸੋਲੋ ਸੌਂਗ, ਕੋਈ ਸੋਲੋ ਸੌਂਗ, ਮੈਂ ਇਹ 'ਚ ਕੋਈ ਸ਼ੱਕ ਨਹੀਂ ਹੈ, ਉਹ ਵੀ ਇੱਕ ਮੰਨ ਲਓ ਕਿਸੇ ਵਿਸ਼ੇ ਤੇ ਨੂੰ ਆਧਾਰਿਤ ਹੋਊਗਾ ਜੀ। ਤੇ ਸੋਲੋ ਦੇ ਵਿੱਚ ਹੁਣ ਅਸੀਂ ਇਹਨਾਂ ਦਾ ਗੀਤ ਰਿਕਾਰਡ ਕਰਾਇਆ, ਅੱਛਾ, ਤੇ ਪਹਿਲੀ ਐਲਬਮ ਉਹਦੇ ਵਿੱਚ ਵੀ ਗੀਤ ਰਿਕਾਰਡ ਮਤਲਬ ਹੋਇਆ ਵਾ, ਉਹਨੂੰ ਬਹੁਤ ਪਿਆਰ ਦਿੱਤਾ, ਮੈਂ ਕਹਿੰਦਾ ਵੀ ਸੋਲੋ ਗੀਤ ਦਾ ਮਾੜਾ ਜਿਹਾ ਨਮੂਨਾ ਹੋ ਜਾਵੇ। ਹਾਂਜੀ ਜ਼ਰੂਰ, ਸੋਲੋ ਪਹਿਲਾਂ ਸਾਡੀ ਲਾਈਵ ਐਲਬਮ ਆ ਕੇ ਗਈ ਹੈ, ਲਾਈਵ ਸ਼ੋ ਉਹਦੇ ਵਿੱਚ ਸੀ, ਲੇਕਿਨ ਇੱਕ ਹੋਰ ਜਿਹੜਾ ਸਮਾਜਿਕ ਉਹਦੇ 'ਤੇ ਹੈਗਾ, ਇਹਨਾਂ ਨੇ ਹੀ ਲਿਖਿਆ ਗਾਣਾ, ਉਹ ਮੈਂ ਬਹੁਤ ਪਸੰਦ ਆ ਵੀ ਰਿਹਾ ਉਹ, ਉਹਦੀਆਂ ਮੈਂ ਜ਼ਰੂਰ, ਕਿਉਂਕਿ ਹਰ ਇੱਕ ਮਾਂ ਬਾਪ ਨੂੰ ਇਹ ਹੁੰਦਾ ਕਿ ਮੇਰੀ ਕੁੜੀ ਬਹੁਤ ਚੰਗੇ ਘਰ ਜਾਵੇ ਜੀ, ਵਧੀਆ ਘਰ ਜਾਵੇ, ਹਰ ਇੱਕ ਮਾਂ ਬਾਪ ਦਾ ਸੁਪਨਾ ਹੁੰਦਾ, ਲੇਕਿਨ ਜੋ ਅੱਜ ਕੱਲ੍ਹ ਇਹ ਦਹੇਜ ਦੀ ਪ੍ਰਥਾ ਚੱਲੀ ਹੋਈ ਆ, ਲੇਕਿਨ ਅੱਜ ਕੱਲ੍ਹ ਕੁੜੀਆਂ ਬਹੁਤ ਸਮਝਦਾਰ ਹੋ ਗਈਆਂ ਹੋਈਆਂ, ਲੇਕਿਨ ਉਹ ਕੁੜੀ ਆਪਣੇ ਮਾਂ ਬਾਪ ਨੂੰ ਕੀ ਕਹਿੰਦੀ, ਮੈਂ ਉਹਦੀਆਂ ਚਾਰ ਲਾਈਨਾਂ ਤੁਹਾਡੇ ਨਾਲ ਜ਼ਰੂਰ ਸਾਂਝਾ। ਹੋਵੇ ਮੈਂ ਬਣ ਕੇ ਗਰੀਬਣ ਦੇਣ ਕੱਟ ਲੂੰ, ਉਹ ਕਿਤੇ ਤੱਕੜੇ ਦੇਖ ਫਸਾਦਿਨਾ, ਭਾਵੇਂ ਦੇਈਂ ਗਰੀਬ ਸਹਿੜ ਬਾਬੁਲਾ, ਵੇ ਕਿਸੇ ਲੋਭੀ ਦੇ ਘਰ ਵਿਆਹ ਦੇਣਾ, ਉਹ ਜਿਹੜੇ ਨੂੰ ਅੱਡ ਅੱਡ ਮੰਗਦੇ ਨੇ, ਦਿੱਤਿਆਂ ਤੇ ਭੁੱਖ ਨਹੀਂ ਮਿਟ ਸਕਦੀ, ਵੇ ਮੈਂ ਇਹੋ ਜੀ ਸਰਦਾਰੀ ਨਾਲੋ ਚੰਗਾ ਗੋਹਾ ਕੁੜਾ ਸਿੱਟ ਸਕਦੀ, ਵੇ ਕਿਸੇ ਦਾਜ ਲਾਲਚੀ ਕੁੱਤੇ ਦੇ ਮੂੰਹ, ਉਹ ਵੇ ਤੂੰ ਜਿਗਰ ਦੀ ਬੋਟੀ ਪਾ ਦੇਣਾ, ਭਾਵੇਂ ਦੇਈਂ ਗਰੀਬ ਸੇੜ ਬਾਬੂਲਾ, ਵੇ ਕਿਸੇ ਲੋਭੀ ਦੇ ਘਰ ਵਿਆਹ ਦੇਣਾ। ਘੁੰਮਦੇ ਆ ਇੱਥੇ ਤੁਹਾਡੇ ਸਟੂਡੀਓ ਚ ਆਏ, ਮੈਨੂੰ ਬੱਚੀਆਂ ਮਿਲੀਆਂ, ਹਾਂਜੀ,
ਅਤੇ ਮੈਂ ਉਹਨਾਂ ਨਾਲ ਗੱਲ ਘੱਟ ਕਰ ਰਿਹਾ ਸੀ, ਪਰ ਮੈਂ ਉਹਨਾਂ ਨੂੰ ਸਮਝ ਰਿਹਾ ਸੀ ਵੀ ਇੱਥੇ ਆਉਣ ਦੇ ਨਾਲ ਕੀ ਫਰਕ ਹੈ ਇੱਥੇ ਅਤੇ ਪੰਜਾਬ ਦਾ ਕੀ ਫਰਕ। ਹਾਂਜੀ, ਸੋ ਮੇਰੇ ਬੱਚੇ ਨੇ ਮੈਨੂੰ ਬਹੁਤ ਬਹੁਤ ਵਧੀਆ ਲੱਗਦਾ ਇਹ ਜਿਹੜੀਆਂ ਗੱਲਾਂ ਕਰਦੇ ਆ, ਸ਼ਾਇਦ ਹੋ ਸਕਦਾ ਇਹ ਉਹ ਗੱਲਾਂ ਨੂੰ ਗ੍ਰਹਿਣ ਕਰਨ ਵੀ ਹਾਂ ਵੀ ਇਹ ਵੀ ਹੋ ਸਕਦਾ, ਕਿਉਂਕਿ ਬੰਦੇ ਦਾ ਕੋਈ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ, ਮੱਥੇ 'ਤੇ ਨਹੀਂ ਕਿਸੇ 'ਤੇ ਲਿਖਿਆ ਬੰਦਾ ਇਹ ਲੋਭੀ ਆ। ਬਿਲਕੁਲ, ਪਰ ਕਈ ਵਾਰ ਬੰਦਾ ਗੁੰਮਰਾਹ ਕਰਨਾ, ਤੁਹਾਨੂੰ ਲੱਗਦਾ ਇੱਕ ਵਾਰ ਤੁਹਾਨੂੰ ਸ਼ੱਕ ਪੈ ਗਈ ਬੰਦਾ ਉਹਨੂੰ ਗੁੰਮਰਾਹ ਕਰੂ, ਤਾਂ ਮੈਂ ਕਹਿੰਦਾ ਵੀ ਹੱਥ ਬੰਨ ਕੇ ਬੇਨਤੀ ਆ ਉਸ ਗੱਲ ਨੂੰ ਪਹਿਲਾਂ ਸਮਝ ਕੇ ਸੰਕੋਚ ਕਰੋ, ਮਿੰਟ ਦੀ ਮਿੰਟ ਗੁੱਸਾ ਕਰ ਜੂ, ਪਰ ਜ਼ਿੰਦਗੀ ਤੁਹਾਡੀ ਹੈ, ਜ਼ਿੰਦਗੀ ਵਾਰ ਵਾਰ ਨਹੀਂ ਮਿਲਣੀ, ਇੰਨੇ ਵਧੀਆ ਕੰਮ ਕਰੋ ਕਿ ਦੁਨੀਆ ਤੁਹਾਨੂੰ ਸਲਾਮਾ ਕਰੇ ਅਤੇ ਦੁਨੀਆ ਤੁਹਾਡਾ ਸਤਿਕਾਰ ਕਰੇ। ਬਹੁਤ ਵਧੀਆ, ਤੁਹਾਡੀ ਐਨਰਜੀ ਬਹੁਤ ਵਧੀਆ, ਤੁਹਾਡੀ ਵਾਈਬ ਜਿਹੜੀ, ਤੁਹਾਡੀ ਕੈਮਿਸਟਰੀ ਇੱਕ ਦੂਜੇ ਨਾਲ ਉਹ ਵੀ ਬਹੁਤ ਵਧੀਆ ਆ। ਅਤੇ ਇੱਕ ਮੈਨੂੰ ਇਹ ਗੱਲ ਵਧੀਆ ਲੱਗਦੀ ਵੀ ਜਿਹੜੇ ਤੁਸੀਂ ਟੌਪਿਕਸ ਲੱਭਦੇ ਆ, ਜਿਹੜੀਆਂ ਤੁਸੀਂ ਬਹੁਤ ਕਮਾਲ ਦੇ ਹੁੰਦੇ ਆ, ਅਤੇ ਇੱਕ ਇਹੋ ਜਿਹਾ ਗੀਤ ਤੁਸੀਂ ਗਾਇਆ ਆ ਜਿਹੜੀ ਹਰੇ ਪੱਤੇ ਵਾਲੀ ਜਿਹੜੀ ਗੋਲੀ ਆ, ਉਹ ਗਾਣਾ ਇੱਕ ਕਿਸਮ ਦਾ ਆਪ ਦੇ ਵਿੱਚ ਹੀ ਮੈਡੀਸਿਨ ਆ। ਸੋ ਪਹਿਲੀ ਗੱਲ ਤਾਂ ਸਾਨੂੰ ਜਿਹੜੇ ਬਾਹਰ ਅਸੀਂ ਰਹਿੰਦੇ ਸਾਨੂੰ ਨਹੀਂ ਪਤਾ ਵੀ ਜਦੋਂ ਇਹ ਗੱਡੀ 'ਚ ਬਹਿਣਾ ਨਾਲ ਮੇਰਾ ਸਿਰ ਦੁਖਦਾ, ਅੱਛਾ ਤੇ ਭਾਈ ਉਹ ਹਰੇ ਪੱਤੇ ਵਾਲੀ ਗੋਲੀ ਜਾਂ ਮੈਂ ਇੱਧਰ ਗੱਡੀ 'ਚ ਦੇਖਿਆ ਕਰ ਇੱਧਰ ਵੀ ਪਈਆਂ ਇੱਧਰ ਪਈਆਂ ਇੱਧਰ ਵੀ ਪਈਆਂ, ਬੈਠੇ ਬੈਠੇ ਉਹਦੀ ਫਿਰ ਮੈਂ ਕਮੇਟੀ ਬਣਾਈ। ਮੈਂ ਕਿਹਾ ਜੀ ਗੱਲ ਇਹ ਆ ਵੀ ਸਾਡੀਆਂ ਬੀਬੀਆਂ ਨੂੰ ਮਾਈਆਂ ਨੂੰ ਇੱਕ ਦੋ ਬਿਮਾਰੀਆਂ ਇਹੋ ਜਿਹੀਆਂ ਲੱਗ ਗਈਆਂ ਵੀ ਨਾ ਉਹ ਐਕਸਰੇ 'ਚ ਆਉਂਦੀਆਂ ਸੀਗੀਆਂ ਨਾ ਉਹ ਕਿਸੇ ਟੈਸਟ 'ਚ ਆਉਂਦੀਆਂ ਸੀਗੀਆਂ, ਉਹਨਾਂ ਦਾ ਕੋਈ ਨਾ ਹੀ ਨਹੀਂ ਸੀ ਉਸ ਬਿਮਾਰੀ ਦਾ। ਤੇ ਫਿਰ ਸਰਕਾਰ ਨੂੰ ਫਿਕਰ ਪੈ ਗਿਆ ਵੀ ਬੰਦਾ ਕਹਿੰਦਾ ਵੀ ਰੋਟੀ ਪਕਾਓ, ਕਹਿੰਦੀ ਮੇਰਾ ਸਿਰ ਦੁਖਦਾ, ਬੰਦਾ ਕਹਿੰਦਾ ਚਾਹ ਬਣਾਓ, ਕਹਿੰਦੀ ਮੇਰਾ ਸਿਰ ਦੁਖਦਾ, ਵੀ ਇਹਦੀ ਇਹਦਾ ਇਲਾਜ ਕੀ ਲੱਭਿਆ ਜਾ। ਤੇ ਫਿਰ ਸਾਡੇ ਵੈਦ ਹਕੀਮ ਪ੍ਰਾਣੇ ਇਕੱਠੇ ਕੀਤੇ ਸਰਕਾਰ ਨੇ ਸਾਡੀ ਨੇ, ਕਮੇਡੀ ਹੈ ਇਹ ਸੱਚੀ ਗੱਲ, ਤੇ ਉਹਨਾਂ ਨੇ ਫਿਰ ਇੱਕ ਗੋਲੀ ਤਿਆਰ ਕੀਤੀ ਹਰੇ ਪੱਤੇ ਵਾਲੀ। ਅੱਛਾ, ਤੇ ਹੁਣ ਬੀਬੀਆਂ ਮਾਈਆਂ ਨੂੰ ਤਕਲੀਫ ਜਿਹੜੀ ਮਰਜ਼ੀ ਹੋਵੇ ਹਰੇ ਪੱਤੇ ਵਾਲੀ ਗੋਲੀ ਕੋਸੇ ਜਿਹਾ ਪਾਣੀ ਨਾਲ ਦੇ ਦਿਓ ਤੇ ਸਾਰੀ ਦੂਰ ਹੋ ਜਾਂਦੀ। ਅੱਛਾ, ਤੇ ਨਾਲ ਲੱਗਦੀ ਸਾਡੇ ਗੀਤ ਦੀ ਪ੍ਰਸ਼ੰਸਾ ਇਹ ਆ ਵੀ ਜੇਕਰ ਕਿਸੇ ਦਾ ਜਮਾਂਦਰੂ ਸਿਰ ਦੁਖਦਾ ਸਾਡੇ ਗੀਤ ਨੂੰ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ ਸੁਣੋ, ਮੁੜ ਕੇ ਕਹਿੰਦੇ ਸਿਰ ਨਹੀਂ ਦੁਖਦਾ। ਆ ਲੋ, ਪ੍ਰਿਸਕ੍ਰਾਈਬ ਹੋ ਗਿਆ ਡਾਕਟਰ ਆਤਮਾ, ਮੈਡੀਕਲ ਸਟੋਰ ਆ। ਯੈਸ ਜੀ, ਬਿਲਕੁਲ। ਉਹ ਗੀਤ ਦੀ ਮੰਨ ਲਓ ਤੁਹਾਨੂੰ ਸੁਣਾਉਣ ਲੱਗਿਆ। ਹਾਂਜੀ ਹਾਂਜੀ, ਵੇਕਰ ਕੰਮ ਨੂੰ ਨਾ ਚਿੱਤ, ਉਹ ਤੈਨੂੰ ਹੋਇਆ ਦੱਸ ਕੀ, ਆਉਂਦਾ ਅੱਖਾਂ ਮੂਰ ਨੇ ਹੀ, ਉਹ ਲੈ ਤੂੰ ਚਾਹ ਦਾ ਘੁੱਟ ਪੀ, ਵੇਕਰ ਕੰਮ ਨੂੰ ਨਾ ਚਿੱਤ, ਉਹ ਤੈਨੂੰ ਹੋਇਆ ਦੱਸ ਕੀ, ਆਉਂਦਾ ਅੱਖਾਂ ਮੂਰ ਨੇ ਹੀ, ਉਹ ਲੈ ਤੂੰ ਚਾਹ ਦਾ ਘੁੱਟ ਪੀ, ਮੇਰਾ ਕੋਲ ਬੈ ਕੇ ਜਾਲ ਮਾਰੇ ਹਾਲ ਪੁੱਛਦਾ, ਅੱਛਾ ਕੋਲ ਬੈ ਕੇ ਜਾਲ ਮਾਰੇ ਹਾਲ ਪੁੱਛਦਾ, ਵੇ ਹਰੇ ਪੱਤੇ ਵਾਲੀ ਗੋਲੀ, ਪੱਤੇ ਵਾਲੀ ਗੋਲੀ ਲਿਆਉਂਦੇ ਸਿਰ ਦੁੱਖ ਦਾ, ਹਰੇ ਪੱਤੇ ਵਾਲੀ ਗੋਲੀ ਲਿਆਉਂਦੇ ਸਿਰ ਦੁੱਖ ਦਾ, ਕਿੱਥੋਂ ਮਿਲੂਗੀ ਦਵਾਈ, ਕਰਿਆਨੇ ਦੀ ਦੁਕਾਨੋਂ ਉੱਠਾ ਪਾਲਮੀ ਨਾ ਪੰਗਾ, ਸ਼ਾਮ ਮੁੱਕਦੀ ਮੈਂ ਜਾਣਾ, ਕਿੱਥੋਂ ਮਿਲੂਗੀ ਦਵਾਈ, ਕਰਿਆਨੇ ਦੀ ਦੁਕਾਨੋਂ ਉੱਠਾ ਪਾਲਮੀ ਨਾ ਪੰਗਾ, ਸ਼ਾਮ ਮੁੱਕਦੀ ਮੈਂ ਜਾਣਾ, ਉਹ ਤੇਰੇ ਠੁਰ ਠੁਰ ਵੱਜਦੇ ਪਏ ਨੇ ਦੰਦ ਨੀ, ਠੁਰ ਠੁਰ ਵੱਜਦੇ ਪਏ ਨੇ ਦੰਦ ਨੀ, ਕਿਤੇ ਹੋਰ ਨਾ ਕਿਤੇ ਹੋਰ ਨਾ ਚੜਾ ਕੇ ਬਹਿ ਜੀ ਨਾ ਮਾ ਚਾਂਦਨੀ, ਹੋਰ ਨਾ ਚੜਾ ਕੇ ਬਹਿ ਜੀ ਨਾ ਮਾ ਚਾਂਦਨੀ, ਇਹ ਗੀਤ ਦੇ ਨਾਲ ਹੋਰ ਯਾਦ ਜੁੜੀ ਆ ਸਾਡਾ ਵੀਰ ਆ ਪ੍ਰਦੀਪ, ਆਪਣੇ ਗਲੋਬਲ ਤੋਂ ਯੂ ਐਸ ਏ ਤੋਂ, ਹਾਂਜੀ ਉਹ ਸਾਡੇ ਸਾਡੇ ਹਰਮਨ ਪਿਆਰੇ ਪ੍ਰਦੀਪ ਜੀ, ਉਹਨਾਂ ਨੇ ਇਸ ਗੀਤ ਦੇ ਵਿੱਚ ਭੰਗੜਾ ਪਾਇਆ ਹੋਇਆ। ਅੱਛਾ, ਤੇ ਅੱਜ ਮੈਨੂੰ ਜਵਾਕ ਜਿਹਾ ਉਸ ਤਰ੍ਹਾਂ ਦਿਖਦਾ, ਇਸ ਕਰਕੇ ਹੁਣ ਉਹ ਪੱਗ ਬੰਨਣ ਲੱਗ ਗਿਆ ਗੁਲਾਬੀ, ਇਸ ਕਰਕੇ ਦਾ ਧੰਨਵਾਦ ਹੈ ਜੀ। ਹਾਂਜੀ, ਧੰਨਵਾਦ ਤੁਹਾਡਾ ਜਿਹੜਾ ਤੁਸੀਂ ਟਾਈਮ ਕੱਢ ਕੇ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਆ, ਜੀ ਤਾਂ ਬਹੁਤ ਕਰਦਾ ਤੁਹਾਡੇ ਬਹਿ ਕੇ ਤੁਹਾਡੀ ਗੱਲਾਂ ਸੁਣੀਆਂ ਤੁਹਾਡੇ ਗੀਤਾਂ ਬਾਰੇ। ਅਤੇ ਜਾਂਦੇ ਹੋਏ ਆਪਣੇ ਫੈਨਸ ਵਾਸਤੇ ਜਿਹੜੇ ਤੁਹਾਡੇ ਹਰਮਨ ਪਿਆਰੇ ਆ, ਉਹਨਾਂ ਲਈ ਕੋਈ ਮੈਸੇਜ, ਕੋਈ ਸੁਨੇਹਾ ਜਿਹੜਾ ਤੁਸੀਂ ਪਹੁੰਚਤਾ ਕਰਨਾ ਚਾਹੁੰਦੇ ਸਾਡੇ ਪਲੈਟਫਾਰਮ ਰਾਹੀਂ? ਦੇਖੋ ਜੀ, ਗੱਲ ਇਹ ਆ ਵੀ ਮੈਸੇਜ ਨਹੀਂ, ਸਾਡੀਆਂ ਤਾਂ ਬੇਨਤੀਆਂ ਨੇ, ਸਾਡੀਆਂ ਜੋਦੜੀਆਂ ਨੇ। ਆਪਣੇ ਗੁਰੂ ਨੂੰ ਕਦੇ ਨਾ ਵਿਸਾਰੋ, ਆਪਣੇ ਮਾਂ ਬਾਪ ਦੀ ਸੇਵਾ ਵੱਧ ਤੋਂ ਵੱਧ ਜਿੰਨੀ ਕਰ ਹੁੰਦੀ ਆ ਕਰੋ, ਬੜੇ
ਤੀਰਥ ਨੇ ਭਰਨਾ, ਸਭ ਤੋਂ ਵੱਡਾ ਤੀਰਥ ਆ ਮਾਂ ਬਾਪ ਦਾ। ਔਰ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਸੁਖੀ ਮਾਂ ਬਾਪ ਕੌਣ ਹੈ? ਜਿਹਦੇ ਧੀ ਪੁੱਤ ਕਹਿਣੇ 'ਚ ਨੇ। ਇਸ ਕਰਕੇ ਮੇਰੀਆਂ ਇਹੀ ਬੇਨਤੀਆਂ ਨੇ, ਤੁਸੀਂ ਜੇਕਰ ਮੇਰੀਆਂ ਇਹਨਾਂ ਗੱਲਾਂ 'ਤੇ ਮਾੜਾ ਮੋਟਾ ਤੁਹਾਨੂੰ ਮੰਨ ਲਓ ਕਿਤੇ ਵਧੀਆ ਲੱਗੀਆਂ ਤਾਂ ਜ਼ਰੂਰ ਸਵੀਕਾਰ ਕਰਿਓ। ਸੋ ਇਸ ਕਰਕੇ ਆਪਣੀ ਪੰਜਾਬੀ ਵਿਰਸੇ ਨੂੰ, ਪੰਜਾਬੀ ਮਾਂ ਬੋਲੀ ਨੂੰ, ਪੰਜਾਬੀ ਸੱਭਿਆਚਾਰ ਨੂੰ ਬਚਾ ਕੇ ਰੱਖੀਏ, ਔਰ ਦੁਨੀਆ ਸਾਡੀਆਂ ਸਿਫਤਾਂ ਕਰੇ, ਨਾ ਕਿ ਅਸੀਂ ਦੁਨੀਆ ਦੀਆਂ ਕਰੀਏ। ਇਸ ਕਰਕੇ ਤੁਸੀਂ ਇੱਥੇ ਆਏ ਹੋ, ਲੋਕਾਂ ਨੂੰ ਇਹ ਲੱਗੇ ਵੀ ਜੋ ਪੰਜਾਬੀ ਬੰਦਾ ਬੋਲਦਾ ਸੱਚ ਬੋਲਦਾ, ਜੋ ਕੰਮ ਕਰਦਾ ਬਿਲਕੁਲ ਵਧੀਆ ਕਰਦਾ। ਇਸ ਕਿਉਂ? ਕਿਉਂਕਿ ਅਸੀਂ ਅੱਜ ਪ੍ਰਦੇਸ਼ਾਂ 'ਚ ਬੈਠੇ ਹਾਂ, ਜੋ ਅਸੀਂ ਵੀ ਆਪਣੇ ਬੱਚੇ ਪਾਲ ਰਹੇ ਹਾਂ, ਅੱਜ ਤੁਹਾਡੇ ਆਸਰੇ ਪਾਲ ਰਹੇ ਹਾਂ। ਇਸ ਕਰਕੇ ਤੁਸੀਂ ਜਿਉਂਦੇ ਵੱਸਦੇ ਰਹੋ, ਜਵਾਨੀਆਂ ਮਾਣੋ, ਪਰਮਾਤਮਾ ਤੁਹਾਨੂੰ ਚੜ੍ਹਦਿਆਂ ਕਲਾਂ ਰੱਖੇ। ਔਰ ਉਚੇਚੇ ਤੌਰ 'ਤੇ ਚੈਨਲ ਪੰਜਾਬੀ ਦਾ ਮੇਰੇ ਵੱਲੋਂ ਔਰ ਸਾਡੀ ਸੱਜੀ ਬਾਂਹ ਮੇਰੇ ਵੱਲੋਂ ਇੰਨਾ ਧੰਨਵਾਦ ਆ ਬਈ ਸਾਡੇ ਸੁਖੀ ਜੀ ਨੇ ਜਿਹੜੇ ਸਾਡੇ ਤੋਂ ਸਵਾਲ ਪੁੱਛਿਆ, ਸ਼ਾਇਦ ਹੋ ਸਕਦਾ ਇਹ ਪਹਿਲਾਂ ਕਦੇ ਨਹੀਂ ਪੁੱਛੇ ਕਦੇ। ਇਸ ਕਰਕੇ ਇਹਨਾਂ ਕੋਲ ਇੱਕ ਮੰਨ ਲਓ ਮੈਂ ਕਹਿ ਸਕਦਾ ਜਾਦੂ ਹੋ ਸਕਦਾ ਵੀ ਜਿੰਨੀਆਂ ਇੰਨੀਆਂ ਗੱਲਾਂ, ਹੁਣ ਮੈਨੂੰ ਪਤਾ ਲੱਗਿਆ ਕਿ ਮੈਂ ਇੰਟਰਵਿਊ ਕਰ ਰਿਹਾ ਪਰ ਹੁਣ ਤੱਕ ਪਤਾ ਨਹੀਂ ਲੱਗਿਆ। ਇਸ ਕਰਕੇ ਸਾਡੇ ਜਿੰਨੇ ਵੀ ਇਸ ਸਟੂਡੀਓ ਦੇ ਵਿੱਚ ਸਾਡੇ ਟੀਮ ਹੈ ਉਹਦਾ ਚੇਚੇ ਤੌਰ 'ਤੇ ਧੰਨਵਾਦ ਆ। ਪਰਮਾਤਮਾ ਤੁਹਾਨੂੰ ਇੰਨੀਆਂ ਤਰੱਕੀਆਂ ਦੇਵੇ ਕਿ ਸਾਡਾ ਚੈਨਲ ਜੇਕਰ ਜਿੰਨੀ ਵੀ ਸਿਫਤ ਕਰੀ ਉਨੀ ਥੋੜੀ ਆ, ਵੀ ਕਿਤੇ ਕਿਤੇ ਟਾਮੀ ਟੱਲੀ ਸਾਡੀ ਵੀ ਫੋਟੋ ਆਉਂਦੀ ਰਹੇ ਤੇ ਤੁਸੀਂ ਸਾਡੇ ਗੁਣ ਗਾਉਂਦੇ ਰਹੋ। ਥੈਂਕ ਯੂ। ਇੱਕ ਗੀਤ ਆਪਾਂ ਤੁਹਾਡੇ ਰੋਜ਼ੀ ਜੀ ਪਸੰਦ ਆ ਜਿਹੜਾ ਆਪਾਂ ਆਪਣੇ ਦਰਸ਼ਕਾਂ ਲਈ ਪੇਸ਼ ਕਰਨਾ ਨਤੀਜਾ। ਸੋ ਜਾਂਦੇ ਹੋਏ ਉਹਦੇ ਦੋ ਬੋਲ ਤੇ ਤੁਸੀਂ ਆਪਣੇ ਗੀਤ ਦੀ ਆਪ ਇੰਟਰੋਡਕਸ਼ਨ ਕਰ ਦਿਓ। ਹਾਂਜੀ ਜ਼ਰੂਰ ਜੀ। ਨਿਊ ਸਾਡਾ ਲੇਟੈਸਟ ਸੌਂਗ ਹੈ ਇਹ ਜਿਹੜਾ ਲਾਸਟ ਮੰਥ ਹੀ ਅਸੀਂ ਜੋ ਜੋੜੀਆਂ ਜਗ ਵਿੱਚ ਹੋਣ ਥੋੜੀਆਂ ਬਾ ਉਹ ਕੱਟ ਕੇ ਉੱਥੇ ਲੱਗ ਜੂਗਾ। ਠੀਕ ਹੈ ਹਾਂਜੀ ਠੀਕ ਹੈ ਜੀ ਦੋਨੋਂ ਇੱਕ ਪਹਿਲਾਂ ਗਾਤਾ ਨਾ ਹੋ ਹਾਂਜੀ ਦੂਸਰਾ ਲਾ ਦਨੇ ਉਹ ਜੀ 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 ਹਾਂਜੀ ਬਿਲਕੁਲ ਕਿਉਂਕਿ ਪਹਿਲਾਂ ਸੁਣਾ ਚੁੱਕੇ ਹਾਂ ਜੀ ਇਹ ਵੀ ਨਵਾਂ ਹੀ ਗਾਣਾ ਆ ਸਾਡਾ। ਉਹ ਜੋੜੀਆਂ ਜੱਗ ਵਿੱਚ ਹੋਣ ਥੋੜੀਆਂ ਕਹਿੰਦੇ ਸੱਚ ਸਿਆਣੇ ਵੇ ਉਹ ਜੋੜੀਆਂ ਜੱਗ ਵਿੱਚ ਹੋਣ ਥੋੜੀਆਂ ਕਹਿੰਦੇ ਸੱਚ ਸਿਆਣੇ ਵੇ ਉਹ ਰਿਸ਼ਤੇ ਵਿੱਚ ਬਚੂਲਾ ਪਾਇਆ ਲਾ ਦਿੰਦਾ ਗੱਲ ਟਿਕਾਣੇ ਵੇ ਉਹ ਪਰ ਰਿਸ਼ਤੇ ਵਿੱਚ ਬਚੂਲਾ ਪਾਇਆ ਲਾ ਦਿੰਦਾ ਗੱਲ ਟਿਕਾਣੇ ਵੇ ਉਹ ਬਹੁਤੀ ਦੇਰ ਛਪਾ ਨਹੀਂ ਹੁੰਦਾ ਬਹੁਤੀ ਦੇਰ ਛਪਾ ਨਹੀਂ ਹੁੰਦਾ ਸਾਕਾਂ ਦੇ ਵਿੱਚ ਓਲਿਆਂ ਨੂੰ ਵਿਆਹ ਕਰਵਾ ਕੇ ਮਗਰ ਅੱਛਾ ਵਿਆਹ ਕਰਵਾ ਕੇ ਮਗਰੋਂ ਪੁੱਛਦਾ ਕੌਣ ਵਿਚੋਲਿਆਂ ਨੂੰ ਹਾਂ ਵਿਆਹ ਕਰਵਾ ਕੇ ਮਗਰੋਂ ਹਾਏ ਨਹੀਂ ਪੁੱਛਦਾ ਕੌਣ ਵਿਚੋਲਿਆਂ ਨੂੰ ਵੱਡੀਆਂ ਘਰਾਂ ਦੇ ਕਾਕੇ ਸ਼ੌਂਕੀ ਉਹ ਸ਼ੌਂਕੀ ਵੱਡੀਆਂ ਘਰਾਂ ਦੇ ਨਿੱਤ ਪਟੋਲੇ ਨਵੇਂ ਪਾਲਦੇ ਹਾਏ ਨਹੀਂ ਘੁੰਮਦੇ ਵਿੱਚ ਬਿਆਰਾਂ ਦੇ ਵੱਡੀਆਂ ਘਰਾਂ ਦੇ ਕਾਕੇ ਸ਼ੌਂਕੀ ਉਹ ਸ਼ੌਂਕੀ ਵੱਡੀਆਂ ਘਰਾਂ ਦੇ ਨਿੱਤ ਪਟੋਲੇ ਨਵੇਂ ਪਾਲਦੇ ਹਾਏ ਨਹੀਂ ਘੁੰਮਦੇ ਵਿੱਚ ਬਿਆਰਾਂ ਦੇ ਕਿਹੜਾ ਆ ਕੇ ਦੁਖਦੇ ਸੁਣਦਾ ਕਿਹੜਾ ਆ ਕੇ ਦੁਖਦੇ ਸੁਣਦਾ ਇਸ਼ਕ ਚ ਲੁੱਟੀਆਂ ਹੀ ਰਹਿੰਦੇ ਹਾਏ ਨਹੀਂ ਚਮਚਿਆਂ ਨਾਲ ਸ਼ਰਾਬਾਂ ਹਾਏ ਨੀ ਚਮਚਿਆਂ ਨਾਲ ਸ਼ਰਾਬਾਂ ਹੁੰਦੇ ਨੇ ਚੋਜੇ ਅਮੀਰਾਂ ਦੇ ਹਾਏ ਨੀ ਚਮਚਿਆਂ ਨਾਲ ਸ਼ਰਾਬਾਂ ਹੁੰਦੇ ਨੇ ਚੋਜੇ ਅਮੀਰਾਂ ਦੇ। ਇੱਕ ਵਾਰੀ ਫੇਰ ਤੁਹਾਡਾ ਦੋਨਾਂ ਦਾ ਧੰਨਵਾਦ ਜਿਹੜਾ ਤੁਸੀਂ ਜਾਣ ਕਰਕੇ ਸਾਡੇ ਕੋਲ ਆਇਆ, ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ, ਬਹੁਤ ਧੰਨਵਾਦ ਜੀ ਤੁਹਾਡਾ ਸਾਰੀ ਟੀਮ ਦਾ। ਮੈਨੂੰ ਉਮੀਦ ਹੈ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ ਤੇ ਆਪਾਂ ਮਿਲਦੇ ਹਾਂ ਕੱਲ੍ਹ ਨੂੰ ਸੇਮ ਟਾਈਮ ਸੇਮ ਪਲੇਸ ਚੈਨਲ ਪੰਜਾਬੀ ਆਰ ਟਾਈਮ ਪ੍ਰੋਗਰਾਮ ਵਿੱਚ ਕੱਲ੍ਹ ਨੂੰ। ਤਾਈਂ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ।